ਜੀਵ ਨਹੀਂ ਸਮਝ ਸਕਦਾ। ਆਏ ਤ੍ਰਿਜੁਨੀਆਂ ਦੇ ਵਿੱਚ ਭੜਕਦਾ ਫਿਰਦਾ ਮਨੁੱਖਾਂ ਦੇ ਨੂੰ ਪ੍ਰਾਪਤ ਹੋ ਗਿਆ, ਯਾਨੀ ਪਰਮੇਸ਼ਰ ਨੇ ਫਿਰ ਵੀ ਇਹਦੇ ਤੇ ਰਹਿਮ ਕੀਤਾ। ਆਏ ਪੁੱਤਰ, ਜੇ ਤੂੰ ਮੇਰੇ ਤੋਂ ਵਿਛੜ ਵੀ ਗਿਆ ਨਾ, ਮੈਂ ਤੈਨੂੰ ਮਿਲਣ ਦਾ ਵੀ ਇੱਕ ਮੌਕਾ ਦੇ ਦਿੰਦਾ। ਤੈ ਤਾਂ ਗਲਤੀ ਕਰ ਲਈ ਨਾ, ਪਰ ਸਾਧ ਸੰਗਤ ਜਿਹੜਾ ਗੁਰੂ ਹੈ ਜਾਂ ਲਾਇਕ ਪਿਤਾ, ਉਹ ਪੁੱਤਰ ਦਾ ਜਿਹੜਾ ਗੁਨਾਹ ਹੁੰਦਾ ਉਹਦੇ ਕੰਨੀ ਨਹੀਂ ਤੱਕਦਾ। ਉਹ ਚਾਹੁੰਦਾ ਵੀ ਇਸ ਦਾ ਭਲਾ ਹੋ ਜਾਵੇ। ਆਓ ਇਸ ਨੂੰ ਮਨੁੱਖਾਂ ਦੇ ਮਿਲੀ, ਮਨੁੱਖਾਂ ਦੇ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਹੈ। ਹੋਰ ਕਿਸੇ ਜੂਨੀ ਦਾ ਅਧਿਕਾਰ ਨਹੀਂ ਪਰਮੇਸ਼ਰ ਨੂੰ ਮਿਲਣ ਦਾ, ਨਹੀਂ। ਮਨੁੱਖਾਂ ਦੇ ਵਿੱਚ ਆ ਕੇ ਜੀਵ ਆਤਮਾ ਜਿਹੜਾ ਇਹਦਾ ਕੇਂਦਰ ਹੈ, ਉਸਨੂੰ ਵਾਹਿਗੁਰੂ ਨੂੰ ਇਹ ਮਿਲ ਸਕਦਾ ਹੈ। ਹੁਣ ਸਾਧ ਸੰਗਤ ਇੱਥੇ ਵੀ ਇੱਕ ਬਹੁਤ ਬੜੀ ਗੁੰਜ ਹੈ। ਇਹ ਸਾਧਨਾ ਦੁਆਰਾ ਖੁੱਲੇਗੀ, ਐਵੇਂ ਖੁੱਲਣੀ ਨਹੀਂ। ਜਿਹੜਾ ਆਪਣੇ ਆਪ ਨੂੰ ਸਰੀਰ ਮੰਨਦਾ, ਉਹ ਕਿਵੇਂ ਪਰਮੇਸ਼ਰ ਨੂੰ ਮਿਲ ਜਾਵੇਗਾ? ਪਰਮੇਸ਼ਰ ਨੂੰ ਇਹ ਤਾਂ ਨਹੀਂ ਮਿਲਣਾ ਵੀ ਪਰਮੇਸ਼ਰ ਦੇ ਸਾਹਮਣੇ ਸਰੀਰ ਸਮੇਤ ਜਾ ਕੇ ਖੜ ਗਿਆ ਜੀ, ਮਿਲ ਗਿਆ ਪਰਮੇਸ਼ਰ ਨੂੰ, ਨਹੀਂ ਮਿਲਿਆ, ਨਹੀਂ। ਸਰੀਰ ਨੇ ਨੀ ਪਰਮੇਸ਼ਰ ਨੂੰ ਮਿਲਣਾ, ਜੀਵ ਆਤਮਾ ਨਾ ਜਿਹੜਾ ਇਹਦੇ ਵਿੱਚ, ਉਸਨੇ ਪਰਮੇਸ਼ਰ ਦੇ ਵਿੱਚ ਭੇਦ ਹੋਣਾ। ਹੋਣਾ ਸਰੀਰ ਦੇ ਸੰਬੰਧ ਕਰਕੇ ਹੀ ਹੈ, ਹੋਰ ਕੋਈ ਉਪਾਏ ਨਹੀਂ ਹੈ ਪਰਮੇਸ਼ਰ ਨੂੰ ਮਿਲਣ ਦਾ। ਆਓ, ਜਿਸਦੀ ਅੰਸ ਹੁੰਦੀ ਆ ਉਸਦੇ ਵਿੱਚ ਭੇਦ ਹੋ ਜਾਂਦੀ ਹੁੰਦੀ ਹੈ। ਜਿਹਨੇ ਪਦਾਰਥ ਨੇ ਦੁਨੀਆਂ ਦੇ ਵਿੱਚ, ਯਾਨੀ ਅੱਖਾਂ ਨਾਲ ਦੀਦੇ ਨੇ, ਕੰਨਾਂ ਦੇ ਨਾਲ ਸੁਣਦੇ ਹਾਂ, ਇਹ ਸਾਰੇ ਮਿੱਟੀ ਦੀ ਅੰਸ ਹੈ। ਇਹ ਸਾਰੇ ਪਦਾਰਥ ਇੱਕ ਦਿਨ ਟਾਈਮ ਆਵੇਗਾ, ਮਿੱਟੀ ਦੇ ਵਿੱਚ ਮਿਲ ਜਾਣਗੇ। ਪਿਛਲਿਆਂ ਦਾ ਟਾਈਮ ਆ ਗਿਆ, ਉਹ ਮਿੱਟੀ ਚ ਮਿਲ ਗਏ ਸਾਰੇ। ਹੁਣ ਆ ਜਿਹੜੇ ਆਪਾਂ ਵਰਤਮਾਨ ਸਮੇਂ ਦੇ ਵਿੱਚ ਦੇਖਦੇ ਹਾਂ ਵਸਤੂਆਂ, ਇੱਕ ਦਿਨ ਆਵੇਗਾ ਮਿੱਟੀ ਦੇ ਵਿੱਚ ਮਿਲ ਜਾਣਗੇ। ਇਹ ਜਿਹੜਾ ਸਰੀਰ ਹੈ, ਇਹ ਵੀ ਮਿੱਟੀ ਦੇ ਅੰਸ ਹੈ। ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਜਿਹੜਾ ਇਹਦੇ ਵਿੱਚ ਜੀਵ ਹੈ, ਉਹਦਾ ਤੱਤ ਕੋਈ ਨਹੀਂ ਹੈ, ਉਹ ਤਾਂ ਪਰਮੇਸ਼ਰ ਦੇ ਅੰਸ ਹੈ। ਉਹ ਬਣਿਆ ਨਹੀਂ ਹੋਇਆ, ਸੁਦਈ ਪ੍ਰਕਾਸ਼ ਹੈ। ਉਹ ਪਹਿਲਾਂ ਤਾਂ ਹੈ ਮਿੱਟੀ, ਫੇਰ ਪਾਣੀ, ਫੇਰ ਅੱਗ, ਫੇਰ ਹਵਾ, ਫੇਰ ਆਕਾਸ਼। ਇਹ ਪੰਜ ਤੱਤਾਂ ਦਾ ਇਹ ਪੂਤਲਾ ਬਣਿਆ ਹੈ, ਜਿਹਨੂੰ ਆਪਾਂ ਸਰੀਰ ਕਹਿੰਦੇ ਹਾਂ। ਇਹ ਮਿੱਟੀ ਹੋਈ ਹੈ ਪੰਜ ਤੱਤ। ਛੇਵਾਂ ਹੈਗਾ ਚੇਤਨ, ਜਿਹਨੂੰ ਜੀਵ ਕਿਹਾ ਜਾਂਦਾ।
ਅਗਰ ਉਹ ਸਰੀਰ ਦੇ ਵਿੱਚ ਨਾ ਆਵੇ ਤਾਂ ਸਰੀਰ ਹਰਕਤ ਨਹੀਂ ਕਰ ਸਕਦਾ। ਦਾਦੇ ਨੇ ਵੀ ਜਿਹੜਾ ਸਰੀਰ ਹੈ 52 ਕਿਸਮ ਦੀ ਪੌਣ ਦੱਸੀ ਹੈ ਸਰੀਰ ਦੇ ਵਿੱਚ। ਯੋਗੀ ਜਨਾਂ ਨੇ ਤਾਂ ਬਹੁਤ ਜ਼ਿਆਦਾ ਹੀ ਦੱਸਿਆ। ਪੌਣ ਦੇ ਆਸਰੇ ਬੱਚੇ ਦਾ ਸਰੀਰ ਬਣਦਾ ਮਾਤਾ ਦੇ ਉਦਰ ਦੇ ਵਿੱਚ। ਆਪਾਂ ਦੇਖਦੇ ਹਾਂ ਸਰੀਰ ਐਨ ਸਮੂਤ ਹੁੰਦਾ, ਜੇ ਚੇਤਨ ਕਲਾ ਨਾ ਜਾਵੇ ਤਾਂ ਇਹ ਹਰਕ ਨਹੀਂ ਕਰਦਾ। ਦਾਦੇ ਨੇ ਵੀ 6 ਮਹੀਨੇ ਦਾ ਬੱਚਾ ਸਮੂਤ ਹੋ ਜਾਂਦਾ, ਜਦੈਨ ਕਲਬੂਤ ਬਣ ਜਾਂਦਾ, ਫਿਰ ਜਿਹੜੀ ਰੂਹ ਨੇ ਜੀਵ ਆਤਮਾ ਜੀ ਨੂੰ ਕਹਿੰਦੇ ਨੇ ਉਹਦੇ ਵਿੱਚ ਜਾਣਾ ਹੁੰਦਾ, ਫਿਰ ਉਹ ਜਾਂਦਾ, ਉਹ ਵੀ ਕਿਸੇ ਦੇ ਹੁਕਮ ਨਾਲ ਜਾਂਦਾ ਗੁਰਮੁਖ। ਉੱਥੇ ਜਾ ਕੇ ਫਿਰ ਹਰਕਤ ਕਰਦਾ ਜਿਹੜਾ ਸਰੀਰ। ਜੇ ਉਹ ਚੇਤਨ ਕਲਾ ਜੀਵ ਆਤਮਾ ਨਾ ਜਾਵੇ ਉੱਥੇ ਤਾਂ ਫਿਰ ਇਹ ਸਰੀਰ ਹਰਕਤ ਨਹੀਂ ਕਰਦਾ, ਕਿਉਂ ਮਿੱਟੀ ਦੀ ਅਨਸਨ। ਕਈ ਬੱਚੇ ਪੈਦਾ ਹੁੰਦੇ ਹਨ, ਸਰੀਰ ਸਬੂਤ ਹੁੰਦਾ, ਉਹਦੇ ਵਿੱਚ ਚੇਤਨ ਕਲਾ ਨਹੀਂ ਹੁੰਦੀ ਹੈ, ਸਰੀਰ ਦੇ ਵਿੱਚ ਅੰਗਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਪਰ ਉਹਦਾ ਕੋਈ ਪਿਛਲਾ ਪਾਪ ਚੇਤਨ ਕਲਾ ਨਾ ਜਾਣ ਕਰਕੇ ਉਹ ਮਿੱਟੀ ਹੋਈ ਜਾਂਦੀ ਹੈ। ਸਾਥ ਐ ਤਾਂ ਜਿੰਦਾ ਵੀ ਮਿੱਟੀ ਹੋਈ, ਪਰ ਇਹਦੀ ਜਿਹੜੀ ਬੁੱਕਤ ਆ ਇਹ ਜੀਵ ਆਤਮਾ ਦੇ ਸੰਬੰਧ ਕਰਕੇ ਆ। ਉਹਨਾਂ ਚਿਰ ਇਸ ਦੀ ਬੁੱਕਤ ਆ ਜਿੰਨਾ ਚਿਰ ਜੀਵ ਆਤਮਾ ਇਸ ਦੇ ਅੰਦਰ ਹੈ। ਜਦ ਜੀਵ ਆਤਮਾ ਇਸ ਦੇ ਵਿੱਚੋਂ ਨਿਕਲ ਜਾਏਗਾ ਫਿਰ ਇਸ ਨੂੰ ਕਿਸੇ ਨੇ ਨਹੀਂ ਪੁੱਛਣਾ। ਜਿਹੜਿਆਂ ਦੇ ਪਿੱਛੋਂ ਨਿਕਲ ਗਿਆ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ, ਇਹਨਾਂ ਦਾ ਹੁਣ ਨਿਕਲਦਾ ਅੱਗੇ ਨੂੰ ਨਿਕਲੇਗਾ ਕਿਸੇ ਨੇ ਨਹੀਂ ਪੁੱਛਣਾ। ਇਹ ਸਰੀਰ ਦੀ ਮਹੱਤਤਾ ਵੀ ਜੀਵ ਆਤਮਾ ਕਰਕੇ ਹੀ ਹੈ। ਸਾਧ ਸੰਗਤ ਗੁਰੂ ਸਾਹਿਬ ਨੇ ਵੀ ਬਾਣੀ ਦੇ ਵਿੱਚ ਦੱਸਿਆ, ਕੀ ਦੱਸਿਆ ਗੁਰੂ ਸਾਹਿਬ ਜੀ ਨੇ, ਤਿੱਚਰ ਵਸੇ ਸਹੇਲੜੀ ਜਿੱਚਰ ਸਾਥੀ ਨਾਲ। ਸਹੇਲੜੀ ਦੱਸਿਆ ਦੇਹ ਨੂੰ, ਸਾਥੀ ਦੱਸਿਆ ਜੀਵ ਆਤਮਾ ਨੂੰ। ਇੱਥੇ ਦੇਹ ਔਰ ਜੀਵ ਆਤਮਾ ਦਾ ਸੰਵਾਦ ਦੱਸਿਆ। ਜਿਹੜੀ ਦੇਹ ਆ ਇਸ ਨੂੰ ਤਾਂ ਇਸਤਰੀ ਦੱਸਿਆ ਇੱਥੇ, ਜਿਹੜਾ ਜੀਵ ਆਤਮਾ ਹੈ ਉਸਨੂੰ ਕੰਤ ਦੱਸਿਆ। ਦੱਸਿਆ ਵੀ ਜਿਹੜੀ ਸਰੀਰ ਰੂਪੀ ਇਸਤਰੀ ਹੈ ਨਾ, ਇਹ ਉਤਨਾ ਚਿਰ ਹੀ ਸੁਖੀ ਵਸਦੀ ਹੈ, ਉਤਨਾ ਚਿਰ ਇਸਦਾ ਉਹ ਭਾਗਤ ਹੈ ਜਿਤਨਾ ਚਿਰ ਜੀਵ ਰੂਪੀ ਕੰਤ ਇਸ ਦੇ ਵਿੱਚ ਵਸਦਾ ਹੈ। ਜਦੇ ਨਿਕਲ ਜਾਏਗਾ ਬਸ ਮਿੱਟੀ ਦੀ ਮਿੱਟੀ, ਕਿਸੇ ਨੇ ਨਹੀਂ ਪੁੱਛਣਾ ਇਸ ਨੂੰ। ਜਿੱਚਰ ਵਸੇ ਸਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ,
ਇਹ ਜਿਹੜਾ ਤਨ ਸਰੀਰ ਨੂੰ ਕਹਿੰਦੇ ਹਨ। ਜਿੰਨਾ ਚਿਰ ਜੀਵ ਆਤਮਾ ਇਹਦੇ ਵਿੱਚ ਵਸਦਾ ਆਓ ਭਾਗਤ ਹੈ ਇਹਦੀ ਬਹੁਤ ਜੀ ਜੀ ਵੀ ਕਹਿੰਦੇ ਹਨ, ਪਰ ਜੀਵ ਆਤਮਾ ਨਿਕਲਣ ਤੋਂ ਸਮਝੋ ਇਹ ਖਾ ਕੇ ਬਣ ਗਿਆ, ਕਿਸੇ ਨੇ ਇਸਦੀ ਬਾਤ ਨਹੀਂ ਪੁੱਛਣੀ। ਮਨ ਵੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ, ਤਨ ਸੋ ਤੇਰਾ ਥਾਨ ਜਿਚਿਰ ਵਸਿਆ ਕੰਤ ਘਰ, ਜੀਉ ਜੀਉ ਸਭ ਕਹਾਤ, ਜਾ ਉੱਠੀ ਚੜ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਕਿਸੇ ਨੇ ਬਾਤ ਨੀ ਪੁੱਛਣੀ ਗੁਰਮੁਖੋ, ਚਾਹੇ ਸੱਤਾਂ ਬਲੈਤਾਂ ਦਾ ਬਾਦਸ਼ਾਹ ਕਿਉਂ ਨਾ ਹੋਵੇ, ਬਾਦਸ਼ਾਹ ਕੋਈ ਉਹ ਲਹਿਦਾ ਨੀ ਹੁੰਦਾ, ਆਪਣੇ ਵਰਗਾ ਹੀ ਹੁੰਦਾ, ਉਹਦੇ ਪੁੰਨ ਕਰੇ ਹੋਏ ਨੇ ਪਿੱਛੇ, ਬਸ ਉਹਨੂੰ ਰਾਜ ਭਾਗ ਮਿਲ ਗਿਆ। ਜੋ ਪਰਮੇਸ਼ਰ ਦਾ ਕੁਦਰਤ ਦਾ ਅਸੂਲ ਹੈ ਨਾ, ਉਹ ਸਾਰਿਆਂ ਤੇ ਇੱਕ ਸਾਂ ਚੱਲੇਗਾ, ਕੋਈ ਫਰਕ ਨਹੀਂ ਪਵੇਗਾ। ਉਸ ਨੂੰ ਨਹੀਂ ਪਤਾ ਵੀ ਇਹ ਰਾਜਾ ਇਹ ਗਰੀਬ ਹੈ ਨਾ, ਜੋ ਪਰਮੇਸ਼ਰ ਦਾ ਅਸੂਲ ਆ ਉਸੇ ਤਰ੍ਹਾਂ ਹੀ ਵਰਤੇਗਾ। ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਫਿਰ ਕਰਨਾ ਕੀ ਚਾਹੀਦਾ ਇਸ ਇਸਤਰੀ ਰੂਪੀ ਸਰੀਰ ਨੂੰ ਜਿਹਦੇ ਵਿੱਚ ਜੀਵ ਆਤਮਾ ਵਸਦਾ ਹੈ? ਦੱਸਿਆ ਵੀ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਪੇਵਕੜੇ ਸੌ ਸੇਵ ਤੂੰ। ਇਹ ਜਿਹੜਾ ਜੀਵ ਆਤਮਾ ਨਾ ਸਰੀਰ ਦੇ ਵਿੱਚ ਆਇਆ ਪਿਓ ਕਾ ਘਰ ਹੈ, ਇਹਦਾ ਆ ਮਾਤ ਲੋਕ ਆ ਜਿਹੜਾ ਪਿਓ ਕਾ ਘਰ ਹੈ। ਸਹੁਰਾ ਘਰ ਇਹਦਾ ਕੀ ਹੈ? ਪਰਲੋਕ, ਜਿੱਥੇ ਇਹਨੇ ਜਾਣਾ ਪਰਲੋਕ ਹੈ। ਦਾਦੇ ਨੇ ਵੀ ਜਿਹੜੀ ਲੜਕੀ ਪਿਓਕਿਆਂ ਦੇ ਘਰ ਬਹੁਤ ਚਰਨ ਤੇ ਸੁਚੱਜੀ ਤੇ ਗੁਣਵਾਨ ਹੁੰਦੀ ਆ ਤਾਂ ਸਹੁਰਿਆਂ ਦੇ ਘਰ ਉਹਦਾ ਫਿਰ ਮਾਣ ਹੁੰਦਾ, ਗੁਣਾਂ ਦਾ ਮਾਣ ਹੁੰਦਾ, ਸਰੀਰ ਦਾ ਮਾਣ ਨਹੀਂ ਹੈ ਗੁਣਾਂ ਦਾ। ਦੱਸਿਆ ਵੀ ਸਹੁਰੜੇ ਸੁਖ ਵਸ, ਜਦ ਤੂੰ ਪਿਓਕੇ ਘਰ ਦੇ ਵਿੱਚ ਪਰਮੇਸ਼ਰ ਦੀ ਬੰਦਗੀ ਕਰੇਗਾ ਇਹ ਜੀਵ, ਤੂੰ ਫਿਰ ਪਰਲੋਕ ਦੇ ਵਿੱਚ ਵਡਿਆਈ ਪਾਵੇਂਗਾ, ਫਿਰ ਉੱਥੇ ਤੈਨੂੰ ਦੁਰ ਦੁਰ ਨਹੀਂ ਹੋਵੇਗੀ। ਦੱਸਿਆ ਵੀ ਆਓ ਬੈਠ ਹਰੇਰੇ ਦਰਗੇ ਕਹੇ ਨਾ ਕਹੋ, ਆਓ ਬੈਠ ਆਦਰ ਸੁਭ ਦਿਓ। ਇਸੇ ਤਰ੍ਹਾਂ ਇਹ ਜੀਵ ਦਾ ਸਰੀਰ ਰੂਪੀ ਸੰਬੰਧ ਕਰਕੇ ਜੇ ਚੰਗੇ ਚੱਜ ਜਾਣੀ ਪਰਮੇਸ਼ਰ ਦੀ ਬੰਦਗੀ ਕਰੇਗਾ ਨਾ, ਫਿਰ ਇਹ ਪਰਲੋਕ ਦੇ ਵਿੱਚ ਜਾ ਕੇ ਇਹਦਾ ਆਦਰ ਹੋਵੇਗਾ, ਸੁਖੀ ਹੋਵੇਗਾ। ਔਰ ਇਸ ਵਾਸਤੇ ਜੀਵ ਆਤਮਾ ਨੂੰ ਮਨੁੱਖਾਂ ਦੇ ਮਿਲੀ ਹੈ। ਔਰ ਆਪਣਾ ਜਿਹੜਾ ਪ੍ਰਸੰਗ ਹੈ ਉਹ ਨਾਮਦੇਵ ਜੀ ਇੱਕ ਭਗਤ ਹੋਏ ਹਨ, ਜਾਤ ਸ਼੍ਰੇਣੀ ਦੇ ਵਿੱਚ ਹੋਏ ਨੇ ਸ਼ਿੰਬਿਆਂ ਦੇ ਵਿੱਚ, ਗਰੀਬ ਜਾਤੀ ਹੈ ਸਾਧ ਸੰਗਤ ਤੇ, ਪਰਮਾਰਥ ਦੀ
ਦ੍ਰਿਸ਼ਟੀ ਨਾਲ ਦੇਖੀਏ ਤਾਂ ਗਰੀਬੀ ਅਮੀਰੀ ਨਿਰਦਰ ਸੰਬੰਧ ਰੱਖਦੀ ਹੈ, ਇੱਧਰ ਤਾਂ ਕਰਨੀ ਸੰਬੰਧ ਰੱਖਦੀ ਹੈ। ਨਾਮਦੇਵ ਜੀ ਗਰੀਬ ਵਿਚਾਰਾ, ਉਸਨੇ ਪਰਮੇਸ਼ਰ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਕਰੀ ਵੀ ਆਪੇ ਨਹੀਂ ਹੈ, ਕਿਸੇ ਦੇ ਜਰੀਏ ਕਰੀ ਹੈ ਸਾਧ ਸੰਗਤ। ਐਵੇਂ ਤਾਂ ਕੋਈ ਵਸਤੂ ਮਿਲਣੀ ਹੋਈ ਨਹੀਂ ਹੈ, ਆਸਰੇ ਬਗੈਰ ਕੋਈ ਚੀਜ਼ ਨਹੀਂ ਮਿਲੇਗੀ। ਪਰਮੇਸ਼ਰ ਦੀ ਬੰਦਗੀ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਦੱਸਿਆ, ਗੋਬਿੰਦ 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 ਸੰਗ ਨਾਮ ਦੇਵ ਮਨ ਲੀਨਾ। ਗੋਬਿੰਦ ਗੋਬਿੰਦ ਕਰਦਿਆਂ ਕਰਦਿਆਂ ਨਾਮਦੇਵ ਦਾ ਜਿਹੜਾ ਮਨ ਸੀ, ਨਾਮ ਔਰ ਨਾਮੀ ਦੇ ਵਿੱਚ ਫਰਕ ਨਹੀਂ ਹੈ, ਉਸ ਦਾ ਮਨ ਸੀ ਜਿਹੜਾ ਨਾਮ ਦੇ ਵਿੱਚ ਭੇਦ ਹੋ ਗਿਆ। ਜੋ ਨਾਮ ਦੇ ਵਿੱਚ ਸ਼ਕਤੀ ਆ ਉਹ ਨਾਮਦੇਵ ਦੇ ਮਨ ਦੇ ਵਿੱਚ ਲਾਗੂ ਹੋ ਗਈ, ਗੁਰੂ ਹੋਊਗੀ ਸ਼ਕਤੀ ਜ਼ਿਆਦਾ ਜ਼ਿਆਦਾ ਨਾਮ ਦੇ ਵਿੱਚ ਲੀਨ ਹੋਵੇਗਾ। ਆਪੋ ਆਪਣੇ ਮੱਤਾਂ ਦੇ ਨਾਮ ਨੇ, ਉਹ ਜਿਹੜਾ ਨਾਮੀ ਹੈ ਉਹ ਇੱਕੋ ਹੀ ਹੈ, ਉਹ ਅਲੈਦਾ ਅਲੈਦਾ ਮੱਤਾਂ ਦਾ ਨਹੀਂ ਹੈ। ਨਾਮ ਜ਼ਰੂਰ ਉਸਦੇ ਅਲੈਦਾ ਅਲੈਦਾ ਮੱਤਾਂ ਵਾਲਿਆਂ ਨੇ ਰੱਖੇ ਹੋਏ, ਨਾਮ ਦੇ ਜ਼ਰੀਏ ਨਾਮੀ ਨੂੰ ਮਿਲਿਆ ਜਾਵੇਗਾ। ਜਿਹੜੀ ਚੀਜ਼ ਦਾ ਨਾਮ ਨਹੀਂ ਹੈ ਉਸ ਨੂੰ ਮਿਲਾਂਗੇ ਕਿਵੇਂ, ਜਿਹਦਾ ਨਾਮ ਹੀ ਨਹੀਂ ਹੈ। ਵਿਹਾਰ ਹੀ ਠੱਪ ਹੋ ਜਾਏਗਾ ਸਾਧ ਸੰਗਤ, ਆਓ ਬਗੈਰ ਨਾਮ ਤੋਂ ਆ ਨਿਰਗੁਣ ਵਾਹਿਗੁਰੂ। ਹੁਣ ਆਪਾਂ ਸਾਰੇ ਨਿਰਗੁਣ ਵਾਹਿਗੁਰੂ ਦੇ ਵਿੱਚ ਚਲੇ ਜਾਓ, ਬਸ ਖੇਲ ਖਤਮ ਹੋਇਆ, ਖੇਲ ਖਤਮ ਹੈ ਬਸ, ਪਰ ਜਾਣਾ ਔਖਾ। ਆਓ ਦੱਸਿਆ ਵੀ ਨਿਰਗੁਣ ਵਾਹਿਗੁਰੂ ਜਾਣੀ ਨਾਮ ਤੋਂ ਬਗੈਰ ਨਾਮੀ ਨੂੰ ਨਹੀਂ ਮਿਲਿਆ ਜਾਂਦਾ, ਵਿਹਾਰ ਹੀ ਖੜ ਜਾਣਗੇ, ਖੜ ਜਾਣਗੇ ਨਾ ਸਾਰੇ। ਹੁਣ ਆਪਾਂ ਸਾਰੇ ਇੱਥੇ ਬੈਠੇ ਹਾਂ, ਨਾਮ ਕਿਸੇ ਦਾ ਹੈ ਨਹੀਂ, ਦੱਸੋ ਫਿਰ ਗੱਲਬਾਤ ਕਿਵੇਂ ਕਰਾਂਗੇ, ਗੱਲਬਾਤ ਕਿਵੇਂ ਕਰਾਂਗੇ। ਹੁਣ ਨਾਮੀ ਦਾ ਕੋਈ ਨਾਮ ਨਹੀਂ ਹੈ, ਨਾਮ ਉਸਨੇ ਬਾਣੀ ਉਚਾਰਨ ਕਰੀ, ਫਿਰ ਕਰੀ ਹੈ ਕਿ ਨਹੀਂ, ਉਹਦੇ ਵਿੱਚ ਤਾਂ ਕਹਿੰਦੇ ਹੈ ਹੀ ਨਹੀਂ ਇਹ ਗੱਲ। ਫਿਰ ਉਸਨੇ ਆਪਣਾ ਨਾਮ ਜਾਰ ਕੀਤਾ, ਬਾਣੀ, ਬਾਣੀ ਦੇ ਆਸਰੇ, ਨਾਮ ਦੇ ਆਸਰੇ ਫਿਰ ਇਹ ਜਿਹੜਾ ਜਗਿਆਸੂ ਹੈ, ਇਹ ਪਰਮੇਸ਼ਰ ਨਾਮ ਜਿਹੜਾ ਨਾਮੀ ਦੇ ਵਿੱਚ ਭੇਦ ਕਰ ਦਿੰਦਾ ਹੈ। ਇਹਦੇ ਉੱਤੇ ਦ੍ਰਿਸ਼ਟਾਂਤ ਹੈ, ਜੇ ਕਿਸੇ ਨੂੰ ਚਿੱਠੀ ਪਾਉਣੀ ਹੋਵੇ, ਚਿੱਠੀ, ਤੇ ਆਪਾਂ ਉਸਦਾ ਐਡਰੈਸ ਨਾ ਲਿਖੋ ਉੱਤੇ, ਜਾਂ ਕਿਸੇ ਨੇ ਅਫਸਰ ਨੇ ਉਸ ਚਿੱਠੀ ਦੇ ਵਿੱਚ ਉਸ ਕਾਗਜ਼ ਦੇ ਉੱਤੇ ਲਿਖ ਕੇ ਪਾ ਦਿੱਤਾ ਵੀ ਫਲਾਣੇ ਬੰਦੇ ਨੂੰ ਇਹ ਚਿੱਠੀ ਮਿਲ ਜਾਵੇ, ਜਿਹੜਾ ਕੁਛ ਲਿਖਿਆ ਆ ਇਹਦੇ ਵਿੱਚ ਉਹ ਵੀ ਉਸਨੂੰ ਮਿਲ ਜਾਵੇ ਪਦਾਰਥ। ਹੁਣ ਉਹਦੇ ਉੱਤੇ ਐਡਰੈਸ ਨਾ ਲਿਖੋ ਤੁਸੀਂ, ਜਦ ਐਡਰੈਸ ਨਹੀਂ ਲਿਖੋਗੇ ਉਹ ਜਿਹੜੀ ਚਿੱਠੀ ਆ ਨਕਾਰਾ ਆ, ਡੱਡ ਹਾਊਸ ਦੇ ਵਿੱਚ ਚਲੀ ਜਾਵੇਗੀ, ਚਲਾ ਕੇ ਟੋਕਰੀ ਚ ਮਾਰਨਗੇ ਉਸ
ਤੂੰ ਹੈ ਹੀ ਨੀ ਉਹਦੇ ਵਿੱਚ, ਜਦ ਨਾਉ ਨਹੀਂ ਕਿਸੇ ਦਾ। ਜਦ ਉਹਦੇ ਉੱਤੇ ਦਸਖਤ ਕੀਤੇ ਜਾਣਗੇ, ਅਡਰੈਸ ਜਿਹਨੂੰ ਕਹਿੰਦੇ ਨੇ, ਲਿਖਿਆ ਜਾਵੇਗਾ ਵੀ ਜਿਹੜੀ ਇਹ ਪੱਤਰਿਕਾ ਫਲਾਨਾ ਜ਼ਿਲ੍ਹਾ, ਫਲਾਨੀ ਤਹਿਸੀਲ, ਫਲਾਨਾ ਡਾਕਖਾਨਾ, ਫਲਾਨਾ ਪਿੰਡ, ਫਲਾਨਾ ਨਾਮ ਹੈ, ਉਸਨੂੰ ਮਿਲ ਜਾਵੇ। ਕਰੋੜਾਂ ਕੋਹਾਂ ਤੋਂ ਫਿਰ ਕਾਗਜ਼ ਚੱਲੇਗਾ, ਕਿਹਦੇ ਆਸਰੇ ਚੱਲੇਗਾ? ਅਡਰੈਸ ਦੇ ਆਸਰੇ ਚੱਲੇਗਾ। ਅਡਰੈਸ ਦੇ ਵਿੱਚ ਇਤਨੀ ਤਾਕਤ ਆ ਦੇਖ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਨਾਮ ਹੈ, ਨਾਮ ਬਾਣੀ ਦੇ ਵਿੱਚ ਵੀ ਤਾਕਤ ਆ ਗੁਰੂ। ਜਦ ਆਪਣੇ ਨਾਮ ਦੇ ਨਾਲ ਵਾਹਿਗੁਰੂ ਜੋ ਪਰਮੇਸ਼ਰ ਦਾ ਨਾਮ ਹੈ, ਅਡਰੈਸ ਹੈ, ਉਸ ਨੂੰ ਲਿਖ ਲਵੇਗਾ ਨਾ, ਜਾਣੀ ਨਾਮ ਨੂੰ ਅਡਰੈਸ ਦੇ ਵਿੱਚ ਭੇਦ ਕਰ ਦੇਵੇਗਾ ਨਾ, ਫਿਰ ਜੋ ਨਾਮ ਨਾਮੀ ਦੇ ਵਿੱਚੋਂ ਪਦਾਰਥ ਨੇ ਜਿਹਨੂੰ ਸ਼ਕਤੀ ਕਿਹਾ ਜਾਂਦਾ, ਉਹ ਉਸ ਤੇ ਲਾਗੂ ਹੋ ਜਾਏਗੀ। ਕਾਹਦੇ ਆਸਰੇ ਹੋਈ? ਨਾਮ ਦੇ ਆਸਰੇ ਹੋਈ ਗੁਰੂ। ਆਹ ਨਾਮ ਦੇਵੀ ਨੇ, ਪਰਮੇਸ਼ਰ ਦਾ ਨਾਮ ਹੈ ਜਿਹੜਾ, ਆਪਣਾ ਮਨ ਉਹਦੇ ਵਿੱਚੋਂ ਭੇਦ ਕਰ ਦਿੱਤਾ, ਮਾਨਵ ਦੇ ਅਭੇਦ ਕਰ ਦਿੱਤਾ। ਉਸ ਦੇ ਵਿੱਚ ਫਿਰ ਉਹ ਪਰਮੇਸ਼ਰ ਦੀ ਜੋ ਸ਼ਕਤੀ ਹੈ, ਸ਼ਕਤੀ ਪਦਾਰਥ ਨੂੰ ਕਹਿੰਦੇ ਨੇ ਗੁਰੂ, ਪਦਾਰਥ ਨੂੰ। ਉਹ ਆਏ ਸਥੂਲ ਸ਼ਕਤੀਆਂ ਨੇ, ਪਰਮੇਸ਼ਰ ਦੀ ਸੂਖਮ ਸ਼ਕਤੀ ਹੈ, ਆਵਾਜ਼ ਵੀ ਸ਼ਕਤੀ ਹੋਈ ਹੈ। ਹੁਣ ਜੇ ਕਿਸੇ ਬੰਦੇ ਕੋਲ ਪਦਾਰਥ ਬਹੁਤ ਹੋ ਗਿਆ ਤਾਂ ਉਹਦੇ ਚ ਸ਼ਕਤੀ ਪੈਦਾ ਹੋ ਗਈ ਮਾਇਆ ਦੀ ਹੈ, ਉਹ ਬੜਬੜੇ ਆਦਮੀਆਂ ਨੂੰ ਵੀ ਬੰਨ ਸਕਦਾ ਉਸ ਨਾਲ, ਮਾਇਆ ਦੇ ਨਾਲ। ਸ਼ਕਤੀ ਹੈ ਨਾ ਮਾਇਆ ਦੀ, ਜੇ ਹੈ ਹੀ ਨੀ ਕੋਲ ਕੁਛ, ਫਿਰ ਕੀ ਕਰੇਗਾ? ਨਹੀਂ ਬੰਨ ਸਕਦਾ। ਔਰ ਇਸੇ ਤਰ੍ਹਾਂ ਹੀ ਜਾਂ ਪਰਮੇਸ਼ਰ ਦੇ ਨਾਮ ਨਾਲ ਇਸਦਾ ਜਿਹੜਾ ਅਖਿਆਲ ਹੈ ਲੀਨ ਹੋ ਜਾਂਦਾ ਨਾਮ ਦੇ ਵਿੱਚ, ਫਿਰ ਨਾਮ ਦੀ ਉਪਨਿਵੇਸ਼ ਦੀ ਜਿਹੜੀ ਤਾਕਤ ਹੈ ਉਹ ਉਸਦੇ ਵਿੱਚ ਲਾਗੂ ਹੋ ਜਾਂਦੀ। ਨਾਮ ਦੇ ਮੁਕਾਬਲੇ ਦੇ ਵਿੱਚ ਕੋਈ ਪਦਾਰਥ ਨਹੀਂ ਉੱਪੜ ਸਕਦਾ ਗੁਰੂ। ਪਦਾਰਥ ਹੈ ਅਸੱਤ ਚੀਜ਼, ਨਾਮ ਤੇ ਨਾਮੀ ਨੇ ਸੱਤ ਚੀਜ਼। ਹੁਣ ਜਿਹੜੀ ਅਸੱਤ ਚੀਜ਼ ਹੈ, ਸੱਤ ਚੀਜ਼ ਕਹਿੰਦੇ ਨੇ ਪ੍ਰਤੀਤੀ ਮਾਤਰ ਹੁੰਦੀ ਹੈ। ਹੁਣ ਆਪਾਂ ਬੈਠੇ ਹਾਂ ਸਾਰੇ ਪ੍ਰਤੀਤੀ ਮਾਤਰ ਹਾਂ, ਆ ਜਿਹੜਾ ਪ੍ਰਕਾਸ਼ ਹੈ ਸਾਹਮਣੇ ਆਪਣਾ ਗੁਰੂ, ਇਹ ਪ੍ਰਤੀਤੀ ਮਾਤਰ ਨਹੀਂ ਹੈ, ਇਹ ਸਦੀਵੀ ਹੈ। ਆਪਾਂ ਸਦੀਵੀ ਨਹੀਂ ਹਾਂ, ਆਪਾਂ ਕੁਛ ਚਿਰ ਹਾਂ, ਕੁਛ ਚਿਰ ਨੂੰ ਆਪਾਂ ਨੇ ਇੱਥੇ ਰਹਿਣਾ। ਆਪਣੇ ਬਜ਼ੁਰਗ ਠੀਕੇ ਪਿੱਛੇ ਹੁਣ ਹੈ ਨਹੀਂ, ਹੋਗੀ ਨਾ ਪ੍ਰਤੀਤੀ। ਇਸ ਨੂੰ ਮਾਇਆ ਵੀ ਕਿਹਾ ਜਾਂਦਾ। ਇਹ ਦੱਸਿਆ ਵੀ ਪ੍ਰਤੀਤੀ ਮਾਤਰ ਹੈ। ਜਿਹੜਾ ਪਰਮੇਸ਼ਰ ਦਾ ਨਾਮ ਆ ਉਹ ਸਤਵ ਹੈ। ਕਹਿੰਦੇ ਜਿਹੜਾ ਨਾਮ ਦਾ ਅਭਿਆਸ ਕਰਦਾ ਕਰਦਾ ਨਾਮ ਦੇ ਵਿੱਚ ਭੇਦ ਹੋ ਜਾਂਦਾ, ਕਹਿੰਦੇ ਉਹ ਵੀ ਸਤ ਹੋ ਜਾਂਦਾ। ਇਹ ਉਹ ਨਾਮਦੇਵ ਜੀ ਨੇ ਪਰਮੇਸ਼ਰ ਦੀ ਕਰੀ ਬੰਦਗੀ। ਬੰਦਗੀ ਕਰਦਿਆਂ ਕਰਦਿਆਂ ਉਹ ਗਰੀਬ ਆਦਮੀ ਸਮਝਾਉਣ ਵਾਸਤੇ, ਪਰ ਉਹਦੀ ਕੀਮਤ ਤਾਂ ਹੈ ਨੀ ਸਾਧ ਸੰਗਤ, ਸਾਨੂੰ ਸਮਝਾਉਣ ਵਾਸਤੇ ਵੀ ਇਹ ਵੀ ਉਦਮ ਕਰ
ਇਹ ਰੌਚਕ ਬਾਣੀ ਕਹਿੰਦੇ ਨੇ, ਰੌਚਕ ਕਹਿੰਦੇ ਨੇ, ਸੁਣ ਕੇ ਉਤਸ਼ਾਹ ਸ਼ੁਰੂ ਹੋਣ। ਜਿੰਨਾ ਚਿਰ ਕੋਈ ਵਸਤੂ ਸੁਣੀ ਹੋਈ ਨਹੀਂ ਹੈ ਤਾਂ ਆਪਾਂ ਨੂੰ ਉਤਸ਼ਾਹ ਕਿਵੇਂ ਹੋਵੇਗਾ। ਜੇ ਧੰਨਾ ਤਰਲੋਚਨ ਨੂੰ ਠਾਕੁਰ ਪੂਜਾ ਕਰਦੇ ਨੂੰ ਨਾ ਦੇਖਦਾ ਤਾਂ ਫਿਰ ਉਹ ਰੱਬ ਨੂੰ ਪ੍ਰਤੱਖ ਕਿਵੇਂ ਕਰਦਾ, ਕਰ ਸਕਦਾ ਸੀ? ਨਹੀਂ, ਡੰਗਰੇ ਚਾਰਦਾ ਰਹਿੰਦਾ। ਜਿੰਨਾ ਚਿਰ ਵਸਤੂ ਸੁਣੀ ਨਹੀਂ ਜਾਂਦੀ ਤਾਂ ਉਹਦਾ ਫਿਰ ਉਤਸ਼ਾਹ ਨਹੀਂ ਹੁੰਦਾ। ਤਾਂ ਹੀ ਦੱਸਿਆ ਨਾ ਮਹਾਰਾਜ ਜੀ ਨੇ ਬਾਣੀ ਦੇ ਅੰਦਰ, ਨਾਮ ਜਪੂ ਜੀ ਐਸੇ ਐਸੇ ਧਰੂਮ ਪ੍ਰਹਿਲਾਦ ਜਪਿਓ ਹਰ ਜੈਸੇ। ਦੇਖੋ ਧਰੂ ਨੇ ਪਰਮੇਸ਼ਰ ਦੀ ਬੰਦਗੀ ਕਰਕੇ ਅਟਲ ਪਦ ਵੀ ਹੁਣ ਵੀ ਖੜਾ ਸਾਹਮਣੇ, ਖੜਾ ਨਾ ਆਕਾਸ਼ ਦੇ ਵਿੱਚ, ਉਹ ਪਦਵੀ ਉਸਨੂੰ ਪ੍ਰਾਪਤ ਕਦ ਹੋਈ? ਜਦ ਉਹਨੇ ਪਰਮੇਸ਼ਰ ਦੀ ਬੰਦਗੀ ਕਰੀ, ਨਾਮ ਦਾ ਅਭਿਆਸ ਕੀਤਾ, ਨਾਮ ਦੇ ਵਿੱਚ ਤਾਕਤ ਆ, ਨਾਮ ਵੀ ਟਲ ਆ, ਜਪਣ ਵਾਲਾ ਵੀ ਟਲ ਹੋ ਜਾਏਗਾ। ਪਰ ਜਿੰਨਾ ਜਪਣਾ ਉਨਾ ਜਪੇ ਤੇ ਹੋਵੇਗਾ, ਅੱਧ ਵਿਚਾਲੇ ਨੀ। ਖੈਰੂ ਵਸਤਾ ਤਾਂ ਹੋ ਜਾਏਗੀ ਪ੍ਰਾਪਤ, ਜਿਹੜੀ ਅਸਲੀ ਚੀਜ਼ ਹੈ, ਜਿਵੇਂ ਨਾਮਦੇਵ ਜੀ ਦੀ ਵਸਤਾ, ਹੋਰ ਭਗਤਾਂ ਗੁਰਸਿੱਖਾਂ ਦੀ ਵਸਤਾ। ਪ੍ਰਹਿਲਾਦ ਦੇਖੋ ਕਿਤਨਾ ਉਸਨੂੰ ਰਾਜੇ ਨੇ ਤੰਗ ਕੀਤਾ, ਪਰ ਨਹੀਂ, ਨਾਮ ਦੀ ਸ਼ਕਤੀ ਦੁਆਰਾ ਉਸਨੂੰ ਕੋਈ ਤਕਲੀਫ ਨਾ ਦੇ ਸਕਿਆ। ਇਤਨੀ ਨਾਮ ਦੇ ਵਿੱਚ ਤਾਕਤ ਆ ਸਾਧ ਸੰਗਤ। ਅਖੀਰੀ ਜੈ ਕਿਹਦੀ ਹੋਈ? ਨਾਮ ਦੀ। ਪ੍ਰਹਿਲਾਦ ਦੀ ਜੈ ਨਹੀਂ ਹੋਈ ਹੈ, ਨਾ ਨਾਮ ਦੀ ਜੈ ਹੋਈ ਹੈ। ਉਸੇ ਬੱਚੇ ਹੋਰ ਵਿਵਾਦ ਸਨ, ਉਹ ਨਾਮ ਦੇ ਵਿੱਚ ਤਾਕਤ ਆ ਗੁਰਮੁਖੋ। ਨਾਮਦੇਵ ਜੀ ਦੱਸਦੇ ਨੇ ਵੀ ਗਰੀਬ ਆਦਮੀ ਉਹ ਕਹਿੰਦੇ ਲੱਖਾਂ ਦਾ ਹੋ, ਇਹ ਆਪਾਂ ਨੂੰ ਉਤਸ਼ਾਹ ਦੇਣ ਵਾਸਤੇ ਮਹਾਰਾਜ ਜੀ ਨੇ ਲਿਖਿਆ ਵੀ ਉਹ ਇਹ ਹੋ ਗਿਆ, ਜਿਹੜਾ ਹੋਰ ਜਪੇਗਾ ਉਹ ਵੀ ਲੱਖਾਂ ਦਾ ਹੀ ਹੋ ਜਾਏਗਾ, ਲੱਖਾਂ ਤੋਂ ਵੀ ਅੱਗੇ ਲੱਗ ਜਾਏਗਾ। ਉੱਥੇ ਦਾ ਕਹਿੰਦੇ ਮੁੱਲ ਹੀ ਨੀ ਉਸ ਵਸਤਾ ਦਾ ਤਾਂ ਗੁਰਮੁਖ, ਜਦ ਐਂ ਆਪਾਂ ਨੂੰ ਵਿਦੇਸ਼ ਹੋਵੇਗਾ ਫਿਰ ਉਹੀ ਆਪਾਂ ਵੀ ਉੱਥੇ ਚਲੇ ਜਾਵਾਂਗੇ, ਜਾਂ ਵਿਦੇਸ਼ ਹੀ ਨੀ ਆ ਫਿਰ ਦੱਸੋ ਸਾਧਨ ਕੀ ਕਰਾਂਗੇ, ਜਾਂ ਉਸਨੂੰ ਮਿਲਣ ਦਾ ਆਪਾਂ ਪਾ ਵੀ ਕਰਾਂ ਕਿਸ ਤਰ੍ਹਾਂ ਕਰਾਂਗੇ, ਜੇ ਦੁਨਿਆਵੀ ਪਦਾਰਥਾਂ ਦੀ ਆਪਾਂ ਨੂੰ ਸਰੋਤ ਹੀ ਨਾ ਮਿਲੇ, ਬਈ ਫਲਾਨਾ ਦਾ ਲੜਕਾ ਐਮਏ ਪਾਸ ਕਰਕੇ 3 ਸਾਲ ਲਾ ਕੇ ਹੁਣ ਬਲਿਸਟਰ ਬਣਿਆ ਹੋਇਆ, ਕਾਰ ਆ ਉਹਦੇ ਕੋਲ, ਨੌਕਰ ਬਹੁਤ ਰੱਖੇ ਹੋਏ ਨੇ, ਜਾਂ ਡਾਕਟਰ ਬਣ ਗਿਆ, ਬੜੀ ਦੁਕਾਨ ਹੈ, ਬੜੇ ਨੌਕਰ ਰੱਖੇ ਹੋਏ ਨੇ, ਕੋਠੀ ਪਾਈ ਹੋਈ ਆ, ਕਾਰਾਂ ਰੱਖੀਆਂ ਹੋਈਆਂ ਨੇ, ਇਹ ਉਹ ਸਾਧ ਸੰਗਤ ਉਹ ਫਿਰ ਸੁਣਿਆ ਹੀ ਨਾ, ਫਿਰ ਸ਼ੌਂਕ ਜਾ ਕੇ ਵੀ ਜਦ ਉਹਨੇ ਇਹ ਕੰਮ ਕਰ ਲਿਆ ਅਸੀਂ ਵੀ ਕਰ ਸਕਦੇ ਹਾਂ ਜੇ ਮਿਹਨਤ ਨਾ ਪੜੀਏ। ਇਸ ਤਰ੍ਹਾਂ ਇੱਧਰ ਆ ਪਰਮਾਰਥ ਆ ਜਿਹੜਾ, ਇਹਨੂੰ ਫਿਰ ਸ਼ੌਂਕ ਲੱਗਦਾ। ਗਰੀਬ ਆਦਮੀ ਇੱਕ ਸਾਧ ਸੰਗਤ ਲੱਖਾਂ ਦਾ ਹੋ ਗਿਆ, ਦਾਦੇ ਨੇ ਵੀ ਪਰਮੇਸ਼ਰ ਦੇ ਨਾਮ ਦੇ ਵਿੱਚ ਤਾਕਤ ਆ ਗੁਰੂ, ਨਾਮ ਹਰੀ ਦਾ ਜਪ ਕੇ ਦੇਖੋ ਲੱਖਾਂ ਦਾ ਹੋ ਗਿਆ, ਪੜੋ ਪ੍ਰੇਮ ਦੇ ਨਾਲ। ਸਾਰੀ ਨਾਮ ਦੀ ਤਾਕਤ ਆਏ, ਉਹ ਨਾਮਦੇਵ ਦੇ ਸਰੀਰ ਦੀ ਤਾਕਤ ਨਹੀਂ ਹੈ, ਸਰੀਰ ਦੇ ਸੰਬੰਧ ਕਰਕੇ ਨਾਮ ਜਪਿਆ ਹੋਇਆ ਉਹਦੇ ਵਿੱਚ ਇਤਨੀ ਤਾਕਤ ਹੋ ਗਈ। 3 ਹਿੱਸਿਆਂ ਦੇ ਵਿੱਚ ਬੋਲਣਾ, ਪਹਿਲਾਂ ਭਾਈ ਬੋਲਣਗੇ, ਫਿਰ ਸਾਰੀ ਸੰਗਤ, ਇੱਧਰ ਸਾਰੀਆਂ ਬੀਬੀਆਂ ਬੋਲਿਓ। ਆਪਾਂ ਨਾਮਦੇਵ ਦਾ ਜੋ ਜਿਸ ਤਰ੍ਹਾਂ ਅੱਗੇ ਪਰਮੇਸ਼ਰ ਨੇ ਉਹਦੇ ਕੰਮ ਕਾਰ ਜੋ ਕੁਛ ਵੀ ਦਰਸ਼ਨ ਉਹ ਹੌਲੀ ਹੌਲੀ ਚੱਲਾਂਗੇ। ਫੜੋ ਪ੍ਰੇਮ ਦੇ ਨਾਲ 3 ਹਿੱਸਾ ਜੋੜ।
ਨਾਮ ਹਰੀ ਦਾ ਜਪ ਕੇ ਦੇਖੋ ਚਰਨ ਪਾਓ
ਭੋਜਨ ਛਕੋ, ਮੇਰਾ ਗ੍ਰਹਿ ਵੀ ਪਵਿੱਤਰ ਹੋਵੇਗਾ। ਆਓ ਸਾਧ ਸੰਗ, ਮਹਾਂਪੁਰਸ਼ਾਂ ਗੁਰਸਿੱਖਾਂ ਦੇ ਚਰਨ ਪੈਣ ਤੋਂ ਗ੍ਰਹਿ ਨੂੰ ਕਿਉਂ ਪਵਿੱਤਰ ਦੱਸਿਆ? ਸਰੀਰ ਤਾਂ ਸਾਰਿਆਂ ਦੇ ਉਹੋ ਜਿਹੇ ਹੀ ਨੇ, ਫਰਕ ਤਾਂ ਨਹੀਂ ਹੈ। ਉਹਨਾਂ ਦੇ ਸਰੀਰ ਜਾਣੀ ਅੰਤਸਕਰਨ ਰੂਪੀ ਘਰ ਦੇ ਵਿੱਚ ਨਾਮ ਵਸਿਆ ਹੋਇਆ, ਨਾਮ ਹੈ ਜਿਹੜਾ, ਨਾਮ ਦੇ ਸੰਬੰਧ ਕਰਕੇ ਸਰੀਰ ਵੀ ਪਵਿੱਤਰ ਹੋਇਆ ਹੋਇਆ। ਗੁਰਮੁਖੋ, ਜਿੱਥੇ ਉਹ ਪ੍ਰੇਮੀ ਜਾਵੇਗਾ ਉਸ ਜਗ੍ਹਾ ਨੂੰ ਵੀ ਪਵਿੱਤਰ ਕਰ ਦੇਵੇਗਾ, ਜਗ੍ਹਾ ਨੂੰ। ਕਹਿਣ ਲੱਗੇ, ਭਾਈ ਠੀਕ ਹੈ, ਤੇਰਾ ਪ੍ਰੇਮ ਹੈ, ਅਸੀਂ ਆ ਜਾਵਾਂਗੇ। ਨਾਮਦੇਵ ਜੀ ਚਲੇ ਗਏ। ਸੱਤੀ ਪ੍ਰਕਾਰ ਦੇ ਖੱਟ ਰਸ ਭੋਜਨ ਤਿਆਰ ਕੀਤੇ ਹੋਏ ਨੇ। ਪੰਗਤਾਂ ਲਾਗੀਆਂ, ਗਰੀਬ ਗੁਰਬੇ ਸਾਧੂ ਬ੍ਰਾਹਮਣ ਛਕੀ ਜਾ ਰਹੇ ਨੇ, ਭੋਜਨ ਵਰਤਾ ਰਹੇ ਨੇ। ਜਿਹਾ ਜਾ ਕੋਈ ਬੰਦਾ ਤੇ ਉਹੀ ਫਿਰ ਉਹ ਦਰਸ਼ਨਾ ਦਿੰਦੇ ਹੁੰਦੇ ਹਨ, ਦਰਸ਼ਨਾ ਰਿਵਾਜ ਹੁੰਦੇ ਨੇ, ਸਾਰਿਆਂ ਨੂੰ ਦਰਸ਼ਨਾ ਦਿੱਤੀ। ਨਾਮਦੇਵ ਜੀ ਫਿਰ ਬਾਹਰ ਦੇ ਵਿੱਚ ਪ੍ਰਸ਼ਾਦਾ ਛਕਿਆ। ਉਹ ਜਿਹੜਾ ਸੇਠ ਸੀ, ਬਹੁਤ ਵੱਡਾ ਅਮੀਰ ਸੀ, ਜਿਵੇਂ ਆ ਬਿਰਲੇ ਆਦਿਕ ਨੇ, ਪ੍ਰਸ਼ਾਦ ਪਾਣੀ ਛਕ ਲਿਆ। ਨਾਮਦੇਵ ਜੀ ਨੇ ਚੂਲਾ ਫੜ ਦਿੱਤਾ। ਹੁਣ ਜਿਹੜਾ ਉਹ ਸੇਠ ਸੀ ਨਾ, ਉਸ ਨੂੰ ਨਾਮਦੇਵ ਜੀ ਦੀ ਅਵਸਥਾ ਦਾ ਪਤਾ ਨਹੀਂ ਸੀ। ਕਹਿਣ ਲੱਗਾ, ਨਾਮਦੇਵ ਜੀ ਸਾਰਿਆਂ ਸਾਧੂਆਂ ਬ੍ਰਾਹਮਣਾਂ ਗਰੀਬ ਗੁਰਬਿਆਂ ਨੂੰ ਮੈਂ ਦਰਸ਼ਨਾ ਦਿੱਤੀ ਹੈ, ਮੇਰਾ ਇਹ ਖਿਆਲ ਹੈ, ਮੇਰਾ ਮਨ ਇਉਂ ਕਹਿੰਦਾ ਬਈ ਤੁਸੀਂ ਮੈਥੋਂ ਮੰਗ ਕੇ ਸੋਨਾ ਲਓ ਦੱਸਣਾ, ਜਿੰਨਾ ਤੁਸੀਂ ਕਹੋਗੇ ਮੈਂ ਦਿਆਂਗਾ, ਮੈਂ ਸੇਠ ਹਾਂ ਬਹੁਤ। ਹੋਰਾਂ ਨੂੰ ਤਾਂ ਦਿੱਤਾ ਨਾ ਮੈਂ ਆਪਣੀ ਖੁਸ਼ੀ ਨਾਲ, ਤੁਸੀਂ ਮੈਥੋਂ ਮੰਗੋ, ਜਿੰਨਾ ਕਹੋਗੇ ਓਨਾ ਤੁਹਾਨੂੰ ਧਨ ਦੇਵਾਂਗਾ। ਨਾਮਦੇਵ ਜੀ ਕਹਿਣ ਲੱਗੇ ਵੀ ਸਾਨੂੰ ਤਾਂ ਮਾਇਆ ਦੀ ਕੋਈ ਲੋੜ ਨਹੀਂ ਹੈ, ਜਿੱਥੇ ਨਾਮ ਆ ਗਿਆ ਉੱਥੇ ਸਭ ਕੁਛ ਹੀ ਆ ਗਿਆ, ਪਰਮੇਸ਼ਰ ਵੀ ਆ ਗਿਆ ਉੱਥੇ। ਜਿੱਥੇ ਨਾਮ ਨਹੀਂ ਆਇਆ ਉੱਥੇ ਨਾਮੀ ਵੀ ਨਹੀਂ ਆਵੇਗਾ। ਠੀਕ ਹੈ ਸੇਠ ਜੀ, ਤੇਰਾ ਪ੍ਰੇਮ ਹੈ, ਸਾਨੂੰ ਤਾਂ ਕਿਸੇ ਵਸਤੂ ਦੀ ਲੋੜ ਨਹੀਂ ਹੈ, ਇਹ ਇੱਕ ਬੇਪਰਵਾਹੀ ਆ, ਇਹ ਹੰਕਾਰ ਨਹੀਂ ਆ ਗੁਰਮੁਖ, ਸਾਨੂੰ ਇਸ ਅਵਸਥਾ ਦਾ ਪਤਾ ਨਹੀਂ, ਅਣਜਾਣ ਆ, ਅਸੀਂ ਇਸਨੂੰ ਹੰਕਾਰ ਮੰਨ ਲੈਂਦੇ ਹਾਂ ਵੀ ਜਿਹੜਾ ਮਹਾਤਮਾ ਮਿਲਦਾ ਨਹੀਂ ਇਹ ਹੰਕਾਰ ਹੀ ਹੋਵੇਗਾ। ਨਹੀਂ, ਇਹ ਤਾਂ ਅਵਸਥਾ ਸਮਾਂ ਆਉਣੀ ਚਾਹੀਦੀ ਹੈ ਸਿੱਖ ਦੇ ਵਿੱਚ। ਜਿੰਨਾ ਚਿਰ ਸਿੱਖ ਦੇ ਵਿੱਚ ਬੇਪਰਵਾਹੀ ਨਹੀਂ ਆਈ, ਅਜੇ ਸਿੱਖ ਅਧੂਰਾ ਗੁਰੂ ਪੂਰਾ ਨਹੀਂ ਹੋਇਆ। ਬੇਪਰਵਾਹੀ ਕਿਹਦੇ ਵਿੱਚ ਆ? ਨਾਮ ਦੇ ਵਿੱਚ। ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਪੂਰਾ, ਨਾਮ ਦੇ ਵਿੱਚ ਭੇਦ ਹੋ ਗਿਆ, ਸਿੱਖ ਬੇਪਰਵਾਹੀ ਆ ਜਾਵੇਗੀ। ਜਿੱਥੇ ਨਾਮ ਆ ਗਿਆ ਉੱਥੇ ਕਿਸੇ ਚੀਜ਼ ਦੀ ਇੱਛਾ ਨਹੀਂ ਰਹਿੰਦੀ।
ਜਿੱਥੇ ਨਿਰਿਛਤ ਪਣਾ ਆ ਗਿਆ, ਜਿੱਥੇ ਇੱਛਾ ਹੈ ਉੱਥੇ ਮੰਗ ਜ਼ਰੂਰ ਰਹੇਗੀ। ਜਿੱਥੇ ਨਾਮ ਆ ਗਿਆ ਉੱਥੇ ਮੰਗ ਵਸਤਾ ਆ ਜਾਏਗੀ, ਉੱਥੇ ਮੰਗ ਨਹੀਂ ਆ ਗੁਰੂ, ਉੱਥੇ ਧਾਰਾ ਸਵਾ ਹੈ। ਉਹ ਧਾਰਾ ਸਵਾ ਵਸਤਾ ਦਾ ਗੁਰਮੁਖ ਲੈਂਦੇ ਨੇ। ਨਾਮਦੇਵ ਜੀ ਕਹਿਣਗੇ, ਸੇਠ ਜੀ ਠੀਕ ਹੈ, ਤੈਨੂੰ ਪਰਮੇਸ਼ਰ ਨੇ ਧਨ ਦਿੱਤਾ, ਠੀਕ ਆ, ਤੂੰ ਪੁੰਨਦਾਨ ਗਰੀਬਾਂ ਨੂੰ ਕਰਿਆ ਕਰ। ਕਹਿੰਦਾ ਨਹੀਂ ਮਹਾਰਾਜ ਜੀ, ਤੁਸੀਂ ਲਓ ਮੇਰੇ ਕੋਲੋਂ ਧਨ, ਸੋਨਾ ਲਓ। ਨਾਮਦੇਵ ਨੇ ਤਿੰਨ ਗੇਰ ਉਸ ਨੂੰ ਕਿਹਾ, ਉਹ ਖੜੇ ਪੈ ਗਿਆ। ਨਾਮਦੇਵ ਨੇ ਕਿਹਾ ਵੀ ਇਸ ਨੂੰ ਇਹ ਭਾਸਦਾ ਹੋਣਾ ਵੀ ਇਹ ਗਰੀਬ ਹੈ, ਕਿਉਂ ਬਾਹਰੋਂ ਸਰੀਰ ਕਰਕੇ ਤਾਂ ਗਰੀਬ ਇਹ ਦੀਨਾ ਸਾਧ ਸੰਗ, ਜਿਹੜਾ ਆਤਮ ਧਨ ਆ ਉਸਨੂੰ ਕੌਣ ਦੇਖ ਸਕਦਾ ਹੈ ਕਿਸੇ ਦੇ ਵਿੱਚ ਤਾਕਤ ਦੇਖਣ। ਹਾਂ ਉਹ ਹੈ ਜਾ ਕੋਈ ਆਤਮ ਦਰਸੀ ਹੋਵੇ ਨਾ, ਉਹ ਤਾਂ ਜਾਣ ਜਾਏਗਾ ਵੀ ਇਸਦੇ ਇਹਦੀ ਇਹ ਅਵਸਥਾ, ਦੂਹਾ ਨਹੀਂ ਜਾਣ ਸਕਦਾ। ਜਿਵੇਂ ਬਾਣੀ ਦੇ ਵਿੱਚ ਵੀ ਮਹਾਰਾਜ ਨੇ ਲਿਖਿਆ ਨਾ ਵੀ ਬਰਮ ਗਿਆਨੀ ਕੀ ਗੱਤ, ਬਰਮ ਗਿਆਨੀ ਜਾਣੇ ਦੂਆ ਨਹੀਂ ਜਾਣ ਸਕਦਾ। ਪੜੋ ਪ੍ਰੇਮ ਦੇ ਨਾਲ ਗਤ ਵਰਮ ਗਿਆਨੀ ਦੀ ਪਿਆਰੇ ਵਰਮ ਗਿਆਨੀ ਗਤ ਵਰਮ ਗਿਆਨੀ ਸਤ ਸਰਬ ਗਿਆਨੀ ਪਿਆਰੇ ਸਰਬ ਗਿਆਨੀ।
ਪਰ ਅੰਦਰ ਨੀ ਨਾ ਗੰਦਾ ਹੈ, ਲੀੜੇ ਤਾਂ ਹੋਰ ਚੀਜ਼ ਆ।
ਹੁਣ ਉਹਨਾਂ ਨੂੰ ਦੇਖ ਕੇ ਹੱਸਦੇ ਨੇ ਵੀ ਗਰੀਬ ਆ ਵਿਚਾਰਾ, ਇਹ ਹੁੰਦਾ ਹੀ ਆ। ਇਹ ਜਿਹੜਾ ਨਾ ਹੱਸਣ ਵਾਲਾ ਤਾਂ ਇੱਕੋ ਹੀ ਗੁਰਮੁਖ ਆ ਸਿੱਖ, ਉਹ ਕਿਉਂ ਨੀ ਹੱਸਦਾ ਕਿਸੇ ਨੂੰ ਦੇਖ ਕੇ? ਉਹ ਗਰੀਬ ਨੂੰ ਦੇਖ ਕੇ ਕਿਉਂ ਨੀ ਉਹਦੇ ਅੰਦਰ ਕਿਰਨਾ ਆਉਂਦੀ? ਉਸ ਨੂੰ ਹੀ ਆਤਮ ਦ੍ਰਿਸ਼ਟੀ ਆ, ਉਹ ਸਾਰਿਆਂ ਦੇ ਵਿੱਚ ਆਤਮਾ ਦੇਖਦਾ, ਉਹ ਤਾਂ ਖੁਸ਼ ਹੁੰਦਾ। ਸੁਣੋ, ਗਰੀਬ ਨੂੰ ਦੇਖ ਕੇ ਉਦੋਂ ਵੀ ਜ਼ਿਆਦਾ ਖੁਸ਼ ਹੁੰਦਾ ਵੀ ਇਹਦੇ ਪਰਮੇਸ਼ਰ ਕੀ ਕਰਦਾ, ਬਾਟੇ ਲੀੜੇ ਮਾਂ ਮਿਲਦਾ। ਇਹ ਤਾਂ ਅਵਸਥਾ ਗੁਰਸਿੱਖਾਂ ਦੀ। ਗੁਰੂ ਖੈਰ ਫਿਰ ਰਵਿਦਾਸ ਜੀ ਨੇ ਸ਼ਬਦ ਉਚਾਰਨ ਕੀਤਾ, ਦਾਰਦ ਦੇਖ ਸਭ ਕੋ ਹੱਸਾ ਐਸੀ ਦਸਾ ਹਮਾਰੀ, ਮੇਰਾ ਦਲਿੱਦਰ ਬਣਾ ਮੈੜੇ ਲੀੜੇ ਦੇਖ ਕੇ, ਜਿਹੜਾ ਮੇਰੇ ਕੋਲ ਦੀ ਲੱਗਦਾ ਉਹ ਹੱਸ ਕੇ ਲੱਗਦਾ ਵੀ ਵਿਚਾਰੇ ਦੇ ਦੇਖੋ ਕਹੀ ਜੀ ਕਿਰਿਆ ਇਹਦੀ। ਇਹਨਾਂ ਨੇ ਉਹ ਨੀ ਪਤਾ ਵੀ ਅੰਦਰ ਕੀ ਹੈ। ਹੁਣ ਅੰਦਰਲੀ ਵਸਤਾਂ ਨੂੰ ਕੌਣ ਜਾਣੇ ਗੁਰੂ? ਜੇ ਤਾਂ ਕੋਈ ਹੋਇਆ ਜਾਂ ਹੋਵੇ ਤਾਂ ਜਾਣੇ, ਫਿਰ ਤਾਂ ਡੰਡੌਤ ਕਰੇ ਲੰਬਾ ਪੈ ਕੇ ਅੱਗੇ, ਪਰ ਨਹੀਂ। ਦਸ਼ਟ ਸਿੱਧਾ ਅਸ਼ਟ ਦਸਾ ਸਿੱਧ ਕਰਤ ਲੈ ਸਭ ਕਿਰਪਾ ਤੁਮਾਰੀ। ਕਹਿਣ ਲੱਗੇ ਤਾਂ ਹੱਸਦੇ ਨੇ ਨਾ ਅਣਜਾਣ ਲੋਕ ਨੇ ਜਿਹੜੇ, ਪਰ ਕਹਿੰਦੇ ਆ ਪ੍ਰਭੂ ਤੇਰੀ ਇਤਨੀ ਕਿਰਪਾ, ਨੌ ਨਿਧੀਆਂ ਅਠਾਰਾਂ ਸਿੱਧੀਆਂ ਸਾਰੀ ਦੁਨੀਆਂ ਦੀ ਜਿਹੜੀ ਮਾਇਆ ਮੇਰੀ ਹੱਥ ਦੀ ਥੇੜੀ ਤੇ ਵਸਦੀ ਹੈ, ਪਰ ਸਰੀਰ ਮੈਲਾ ਲੀੜੇ ਵੀ ਮੈਲੇ ਨੇ, ਪਰ ਜਿਹੜੀ ਅੰਦਰਲੀ ਵਸਤਾਂ ਨੇ ਉਹ ਨਹੀਂ ਇਹ ਜਾਣ ਸਕਦੇ। ਉਹ ਨਾਮਦੇਵ ਜੀ ਦੀ ਵਸਤਾਂ ਨਾ ਉਹ ਸੇਠ ਨੇ ਜਾਣੀ, ਕਹਿੰਦਾ ਮਹਾਰਾਜ ਜੀ ਤੁਸੀਂ ਮੰਗ ਕੇ ਸੋਨਾ ਲਓ। ਨਾਮਦੇਵ ਜੀ ਨੇ ਕਿਹਾ ਵੀ ਜੋ ਸਾਡੇ ਅੰਦਰ ਨਾਮ ਹੈ ਨਾ ਪਰਮੇਸ਼ਰ ਦਾ ਨਾਮ, ਇਹਨੂੰ ਉਸਦੀ ਤਾਕਤ ਜਣਾ ਦੀਏ। ਨਾਮ ਦੀ ਨਾਮ ਜਪਿਆ ਸਰੀਰ ਦੇ ਸੰਬੰਧ ਕਰਕੇ। ਕਹਿਣ ਲੱਗਿਆ ਸੇਠ ਜੀ ਤੁਸੀਂ ਦੇਣਾ ਹੀ ਚਾਹੁੰਦੇ ਹੋ? ਹਾਂ ਕਹਿੰਦੇ ਦੇਵਾਂਗੇ ਜੀ, ਜਿੰਨਾ ਤੁਸੀਂ ਕਹੋਗੇ ਓਨਾ ਹੀ ਦੇ ਦਾਂਗੇ। ਮਨਾਂ ਨੂੰ ਸੋਨਾ ਪਿਆ ਹੋਣਾ। ਨਾਮਦੇਵ ਜੀ ਨੇ ਤੁਲਸੀ ਦੇ ਪੱਥੇ ਦੇ ਉੱਤੇ ਪੱਤੇ ਦੇ ਉੱਤੇ ਰਾ ਸ਼ਬਦ ਲਿਖਤਾ, ਜਾਣੀ ਇੱਕ ਅੱਖਰ ਲਿਖਿਆ, ਰਾ ਰਾਮ ਨਹੀਂ ਲਿਖਿਆ। ਰਾ ਇੱਕ ਅੱਖਰ ਨੂੰ ਕੰਨਾਂ ਲਾ ਕੇ ਕਹਿਣਗੇ ਲੈ ਸੇਠ ਜੀ ਇਹਦੇ ਬਰਾਬਰ ਤੋਲ ਦੇ ਸੋਨਾ। ਕਹਿੰਦਾ ਮਹਾਰਾਜ ਜੀ ਮੈਨੂੰ ਤੁਸੀਂ ਮਖੌਲ ਕਰਦੇ ਹੋ, ਮੈਂ ਬਹੁਤ ਵੱਡਾ ਸੇਠ, ਮੇਰੀਆਂ ਇਤਨੀਆਂ ਮਿੱਲਾਂ ਚੱਲਦੀਆਂ ਨੇ, ਮੈਨੂੰ ਤਾਂ ਸ਼ਰਮ ਆਉਂਦੀ ਹੈ, ਚੌਲ ਜਿੰਨਾ ਤਾਂ ਚੜੂ ਇਹਦੇ ਤੇ। ਕਹਿਣਗੇ ਜਾ ਤੁਹਾਨੂੰ ਅਸੀਂ ਕਹਿ ਦਿੱਤਾ ਤੁਸੀਂ ਬਰਾਬਰ ਤੋਲ ਦਿਓ ਇਸ ਤੇ, ਘਰ ਉਹਨੇ ਚੌਲ ਜਿੰਨਾ ਸੋਨਾ ਪਾਇਆ, ਸੋਨਾ ਧੋਣ ਵਾਲਾ ਹੀ ਕੰਡਾ ਦੀ ਸਾਧ ਸੀ। ਉਹ ਜਿਹੜਾ ਰਾ ਸ਼ਬਦ ਸੀ ਨਾ ਇੱਕੋ ਹੀ ਅੱਖਰ ਸੀ, ਭਰ ਗਿਆ ਸਾਰਾ ਹੀ ਬਲੜਾ। ਫਿਰ ਉਹ ਨਾਲੇ ਪੱਤਾ ਕੱਢ ਲਿਆ, ਨਾਲੇ ਸੋਨਾ, ਫਿਰ ਹੋਰ ਤੱਕੜੀ ਚ ਪੈ ਜੇ ਨਾ ਆਪਾਂ ਧੜੀਆਂ ਤੋਲਦੇ, ਤੱਕੜੀ ਵੀ ਭਰ ਗਈ ਸੋਨੇ ਦੀ। ਉਹ ਜਿਹੜਾ ਰਾ ਸ਼ਬਦ ਆ ਉੱਠਦਾ ਹੀ ਨਹੀਂ ਤਾਂ, ਫਿਰ ਬੜਾ ਤੱਕੜ ਲਿਆਂਦਾ ਜੀ ਨਾਲ ਬੋਰੀਆਂ ਤੋਂ। ਅੱਜ ਕੱਲ੍ਹ ਤਾਂ ਟਰੱਕ ਵੀ ਤੁਲਦੇ ਨੇ, ਤੁਲਦੇ ਨੇ ਕਿ ਨਹੀਂ? ਦੇਖ ਲਓ ਕਿੰਨਾ ਵਜਨ ਹੁੰਦਾ ਟਰੱਕਾਂ ਦੇ ਵਿੱਚ, ਚਾੜੋ ਉੱਤੇ ਜਿਹਦੇ ਦੱਸ ਦੇਣਗੇ ਸੂਈ ਫਿਰ ਜਾਂਦੀ ਹੈ।
ਯਾਰ ਉਹ ਤੱਕੜ ਵੀ ਸਾਰਾ ਭਰ ਗਿਆ ਸੋਨੇ ਦਾ, ਉਹਦੇ ਸੰਬੰਧੀ ਵੀ ਉਹੋ ਜਿਹੇ ਹੁੰਦੇ ਨੇ। ਉਹਨਾਂ ਦਾ ਸਾਧ ਸੰਗਤ ਅਖੀਰ ਨੂੰ ਸਿੱਥਾ ਹੋ ਕੇ ਛੇੜ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਜੀ ਮੈਨੂੰ ਨੀ ਸੀ ਪਤਾ। ਕਹਿੰਦੇ ਭਾਈ ਅਸੀਂ ਤਾਂ ਹੀ ਕਿਹਾ ਸੀ ਨਾ, ਜਿਹੜਾ ਪਰਮੇਸ਼ਰ ਦਾ ਨਾਮ ਹੈ ਜੀ ਅੰਦਰ ਵਸ ਗਿਆ ਉਹਨੂੰ ਤਾਂ ਸਾਰੇ ਪਦਾਰਥ ਮਿਲ ਗਏ, ਚਾਰੇ ਹੀ। ਪਰਮੇਸ਼ਰ ਦਾ ਨਾਮ ਆ ਜਿਹੜਾ ਚਾਰ ਪਦਾਰਥਾਂ ਦਾ ਦਾਤਾ ਕਰੂਗਾ, ਚਾਰੇ ਪਦਾਰਥ ਨਾਮ ਚੋਂ ਨਿਕਲਣ। ਇਹ ਮਹਾਂਪੁਰਸ਼ਾਂ ਦੀ ਸੰਗਤ ਚੋਂ ਨਿਕਲਦੇ ਨੇ। ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਨੇ ਚਾਰ ਪਦਾਰਥ ਜੇ ਕੋ ਮੰਗ ਜੀ ਦਾ ਆਪਣਾ ਸਾਰਿਆਂ ਦਾ ਹੀ ਕਰਦਾ ਮਿਲ ਜਾਣ, ਕਿਹੜਾ ਨੀ ਚਾਹੁੰਦਾ ਪਦਾਰਥਾਂ ਨੂੰ ਚਾਹਣ ਨੂੰ। ਪਰ ਸਾਧ ਸੰਗਤ ਕੇ ਜਿਹੜੀ ਸ਼ਰਤ ਆ ਉਹ ਨੀ ਹਦਾ ਹੁੰਦੀ ਆਪਾਂ ਤੇ, ਜਿਹੜੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਸ਼ਰਤ ਰੱਖ ਦਿੱਤੀ, ਸ਼ਰਤ ਅਦਾ ਕਰ ਦਿਓ ਤੁਹਾਨੂੰ ਚਾਰੇ ਪਦਾਰਥ ਮਿਲ ਜਾਣਗੇ। ਜੋ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਲਿਖ ਦਿੱਤਾ ਸਤਵਾ ਹੋ। ਕਹਿੰਦੇ ਸਾਧ ਜਨਾ ਕੀ ਸੇਵਾ ਅਲੱਗ। ਹੁਣ ਇੱਥੋਂ ਮਨ ਸ਼ੰਕਾ ਕਰੂਗਾ ਸਾਧ ਤਾਂ ਹੈ ਨੀ ਕੋਈ, ਮਹਾਰਾਜ ਜੀ ਨੇ ਲਿਖਿਆ ਹੋਇਆ। ਗੁਰੂ ਤਾਂ ਆਪਣਾ ਕਹਿੰਦਾ ਸੰਤਾਂ ਦੀ ਸੇਵਾ ਕਰਨ ਲੱਗ ਜਾਂਦੇ ਤਾਂ ਚਾਰ ਪਦਾਰਥ ਲੈਣੇ ਨੇ, ਪਰ ਸੰਤ ਵੀ ਰੇਖ ਨੀ ਹੁੰਦਾ ਹੈ। ਸੰਤ ਲੀੜਿਆਂ ਨੂੰ ਨੀ ਕਹਿੰਦੇ ਗੁਰੂ, ਸੰਤ ਬਾਜਾ ਵਜਾਉਣ ਨੂੰ ਨੀ ਕਹਿੰਦੇ, ਜਿਹੜਾ ਬਾਜਾ ਵਜਾਉਂਦਾ ਵੀ ਉਹੀ ਸੰਤ ਹੋਊਗਾ, ਨਹੀਂ। ਸੰਤ ਤਾਂ ਕਰਨੀ ਹੈ, ਸੰਤ ਤਾਂ ਇੱਕ ਵਸਤਾ ਜਿਵੇਂ ਨਾਮ ਦੇਵ ਦੀ ਸੀ, ਸੰਤ ਆ ਉਹ ਜਿਹਦਾ ਮਨ ਨਾਮ ਦੇ ਵਿੱਚ ਭੇਦ ਹੋ ਗਿਆ, ਚਾਹੇ ਸਿੱਖ ਉਹੀ ਸਿੱਖ ਹੋਏ, ਕਿਸੇ ਮਤ ਦਾ ਚਾਹੇ ਕੋਈ ਮਹਾਂਪੁਰਸ਼ ਹੈ। ਹੁਣ ਜਿਹੜਾ ਨਾਮਦੇਵ ਹੈ ਕੋਈ ਸਿੱਖ ਤਾਂ ਨਹੀਂ ਹੈ, ਇਹ ਤਾਂ ਆਨ ਮਤਾਂ ਦੇ ਨਾਲੇ ਹੋਇਆ ਵੀ ਪਹਿਲਾਂ ਹੈ। ਨਾਮਦੇਵ ਜੀ ਪਹਿਲਾਂ ਹੋਏ ਨੇ, ਦੇਖ ਲਓ ਉਹਨਾਂ ਦੀ ਅਵਸਥਾ ਗੁਰੂ ਸਾਹਿਬ ਜੀ ਕਿਵੇਂ ਦੱਸਦੇ ਨੇ। ਦੱਸਦੇ ਨੇ ਬਈ ਸਿੱਖ ਹੈ ਜਿਹੜਾ ਜਦ ਭੇਦ ਅਵਸਥਾ ਦੇ ਵਿੱਚ ਚਲਿਆ ਜਾਵੇਗਾ ਫਿਰ ਇਸਦੀ ਗੱਲ ਵਾਪਰੇਗੀ। ਉਹ ਨਾਮਦੇਵ ਜੀ ਉਹ ਸਿੱਖਾ ਹੋ ਗਿਆ ਸੇਠ, ਕਹਿਣ ਲੱਗੇ ਸਾਡੇ ਕੋਲ ਤਾਂ ਆਤਮ ਰੂਪੀ ਧਨ ਹੈ ਸੇਠ ਜੀ, ਇਹਦੇ ਮੁਕਾਬਲੇ ਦੇ ਵਿੱਚ ਸੱਤ ਵਸਤੂ ਨਹੀਂ ਤੁਲੇਗੀ ਕਦੇ ਵੀ। ਜਿਹੜਾ ਸੋਨਾ ਹੈ ਇਹ ਤਾਂ ਸੱਤ ਹੈ, ਮਿੱਟੀ ਹੈ, ਸੋਨਾ ਮਿੱਟੀ ਦੀ ਅੰਸ਼ ਹੈ, ਮਿੱਟੀ ਚੋਂ ਹੀ ਨਿਕਲਦਾ, ਅਖੀਰ ਹੀ ਇਹਨੇ ਮਿੱਟੀ ਹੋਈ ਬਣ ਜਾਣਾ, ਸ਼ਕਲਾਂ ਬਹੁਤ ਧਾਰਦਾ ਹੈ ਮਿੱਟੀ ਹੋਈ ਗੁਰਮੁਖ ਹੈ ਮਿੱਟੀ ਹੋਈ। ਕਹਿਣਗੇ ਭਾਈ ਜਿਹਦੇ ਅੰਦਰ ਨਾਮ ਆ ਗਿਆ ਨਾ ਉੱਥੇ ਦਾ ਸਭ ਕੁਛ ਹੀ ਆ। ਕਹਿੰਦੇ ਜੇ ਚਾਰ ਪਦਾਰਥ ਲੈਣੇ ਨੇ, ਕਹਿੰਦੇ ਮਹਾਂਪੁਰਸ਼ਾਂ ਗੁਰਸਿੱਖਾਂ ਦੀ ਸੇਵਾ ਕਰਨ ਲੱਗ ਜਾਓ, ਚਾਰੇ ਪਦਾਰਥ ਮਿਲ ਜਾਣਗੇ। ਜਿਹਨਾਂ ਨੂੰ ਮਿਲੇ ਨੇ ਇਵੇਂ ਮਿਲੇ ਨੇ, ਨਾਮਦੇਵ ਜੀ ਨੂੰ ਵੀ ਮਹਾਂਪੁਰਸ਼ਾਂ ਦੀ ਸੰਗਤ ਤੇ ਸੇਵਾ ਸੀ ਇਹ ਵਸਤੂ ਪ੍ਰਾਪਤ ਹੋਈ ਆ, ਪੜੋ ਪ੍ਰੇਮ ਨਾਲ ਐਵੇਂ ਨੀ ਕਿਸੇ ਨੂੰ ਹੋਵੇ।
ਆਪਣੀ ਸੋਭਾ ਲੋੜ ਹੈ, ਸੋਭਾ ਸਾਰੇ ਹੀ ਲੋੜ, ਜਾਂ ਕਿਹਦਾ ਜੀ ਨੀ ਕਰਦਾ ਵੀ ਮੇਰੀ ਉਪਮਾ ਕਰੇ ਦੁਨੀਆ, ਕਰਦਾ ਨਾ ਸਾਰਿਆਂ ਦਾ ਹੀ। ਇੱਕ ਜੁਗਤੀ ਆ ਉਹ ਕਰ ਲਾ ਤੂੰ, ਇੱਕ ਜੁਗਤੀ ਆ ਉਹ ਕਰ ਲਾ, ਸਾਰੀ ਦੁਨੀਆ ਤੇਰੀ ਉਪਮਾ ਕਰਨੀ ਸ਼ੁਰੂ ਕਰ ਦੇਵੇਗੀ। ਕੀ ਜੁਗਤੀ ਆ ਉਹ? ਸਾਧ ਸੰਗਤ ਹਉਮਾ ਸ਼ੋਰੇ, ਹਉ ਇਹ ਨੀ ਉਸਤਤੀ ਹੋਣ ਦਿੰਦੀ। ਬਸ ਜਿੰਨਾ ਚਿਰ ਹੰਗਤਾ ਮਮਤਾ ਨਾ ਸਿੱਖ ਦੇ ਵਿੱਚ, ਇਹਦੀ ਉਸਤਤੀ ਨਹੀਂ ਹੋਵੇਗੀ ਕਦੇ। ਕਿਉਂ? ਉਸ ਦੇ ਵਿੱਚ ਘੱਟ ਆ ਜੀ। ਸਾਧ ਸੰਗਤ ਹਉਮੈ ਸ਼ੋਰ ਹੈ, ਕਹਿੰਦੇ ਸੰਗਤ ਦੇ ਵਿੱਚ ਹਉ ਛੱਡ ਦੋਏ, ਬਸ ਉਪਮਾ ਹੋਣੀ ਸ਼ੁਰੂ ਹੋ ਜਾਏਗੀ। ਉਪਮਾ ਨਾਮ ਦੀ ਹੋਈ ਆ, ਨਾਮ ਹੀ ਰਹਿ ਜਾਏਗਾ। ਫਿਰ ਕਹਿੰਦੇ ਜੇ ਕੋ ਜਨਮ ਮਰਨ ਤੇ ਡਰਾ, ਸਾਰੇ ਹੀ ਡਰਦੇ ਆ ਆਪੇ, ਕੌਣ ਨੀ, ਕੌਣ ਮੌਤ ਨੂੰ ਇਸ਼ਟ ਸਮਝਦਾ? ਸਾਸ ਮੌਤ ਦੀ ਹੱਦ ਤੋਂ ਤਾਂ ਇੱਕੋ ਹੀ ਗੁਰਮੁਖ ਸਿੱਖ ਆ ਨਾ, ਜਿਹੜਾ ਅਭੇਦ ਅਵਸਥਾ ਵਾਲਾ ਜਿਹੜਾ ਮਹਾਂਪੁਰਸ਼ ਆ, ਉਹ ਪਰੇ ਹੋਇਆ। ਨਹੀਂ ਸਾਰੇ ਰਾਜੇ ਰਾਣੇ ਵੀ ਕੰਮਦੇ ਫਿਰਦੇ ਨੇ ਮੌਤ ਤੋਂ, ਦੇਖ ਲਓ, ਸਾਰੇ ਹੀ ਡਰਦੇ ਆ ਨਾ। ਜੇ ਡਰ ਹੀ ਚੱਕਣਾ, ਜੇ ਤਾਂ ਇਸ ਡਰ ਤੋਂ ਦੂਰ ਹੋਣਾ, ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਜਨਮ ਮਰਨ ਤੇ ਡਰਾ, ਜੇ ਕੋਈ ਜਨਮ ਮਰਨ ਤੇ ਡਰਾ, ਸਾਧ ਜਨਾ ਕੀ ਸ਼ਰਣੀ ਪਰੈ। ਕਹਿੰਦੇ ਤੂੰ ਹਉ ਨੂੰ ਛੱਡ ਕੇ ਮਹਾਂਪੁਰਸ਼ਾਂ ਦੀ ਸ਼ਰਣੀ ਪੈ ਜਾ, ਤੈਨੂੰ ਕਹਾਂ ਲੈ ਜਾਣਗੇ, ਮੌਤ ਪਿੱਛੇ ਰਹਿ ਜੂਗੀ, ਮੌਤ ਤੇ ਅੱਗੇ ਲੱਗ ਜਾਏਗਾ ਤੂੰ ਗੁਰਮੁਖਾ। ਜੇ ਤਾਂ ਕਬੀਰ ਸਾਹਿਬ ਜੀ ਜਲਾਏ ਵਿਚਾਰੇ ਗਰੀਬ ਜਾਤ ਦੇ, ਜਦ ਉਹ ਮੌਤ ਤੋਂ ਅੱਗੇ ਚਲੇ ਗਏ। ਮੌਤ ਆ ਤਿੰਨਾ ਗੁਣਾਂ ਦੇ ਵਿੱਚ, ਜਿੰਨਾ ਚਿਰ ਜੀਵਾਤਮਾ ਤਿੰਨਾਂ ਦੇ ਗੁਣਾਂ ਦੇ ਵਿੱਚ ਰਹੇਗਾ ਨਾ, ਮੌਤ ਦੇ ਪੰਜੇ ਤੋਂ ਨਿਕਲ ਨਹੀਂ ਸਕਦਾ, ਬਚ ਨਹੀਂ ਸਕਦਾ। ਜਦ ਅੱਗੇ ਚਲਿਆ ਜਾਏਗਾ ਮੌਤ ਥੱਲੇ, ਮੌਤ ਆਉਂਦੀ ਆ ਸਰੀਰ ਨੂੰ ਗੁਰਮੁਖ ਨੂੰ। ਜਿੰਨਾ ਚਿਰ ਦਾ ਮਨੌਤ ਸਰੀਰ ਹੈ ਨਾ, ਆਪਣੇ ਆਪ ਨੂੰ ਇਹ ਦੇਹ ਮੰਨਦਾ ਹੈ, ਤਾਂ ਮਰੇਗਾ ਵੀ ਜ਼ਰੂਰ। ਜਦ ਇਹ ਆਪਣੇ ਆਪ ਨੂੰ ਆਤਮਾ ਮੰਨਣ ਲੱਗ ਜਾਵੇਗਾ, ਆਤਮਾ ਦੇ ਵਿੱਚ ਮੌਤ ਨਹੀਂ, ਫਿਰ ਇਹਨੇ ਮਰਨਾ ਹੀ ਨਹੀਂ। ਸਾਡਾ ਗੁਰੂ ਕਹਿੰਦਾ ਮਰਨ ਹਾਰੇ ਜੀ ਵਾਲਾ ਨਹੀਂ, ਮਰਦਾ ਨਹੀਂ। ਹਾਂ, ਜਦ ਇਹ ਸਰੀਰ ਚੋਂ ਨਿਕਲਗਾ, ਆਪਾਂ ਕਹਿੰਦੇ ਮਰ ਗਿਆ, ਮਰਦਾ ਨਹੀਂ, ਹੋਰ ਸਰੀਰ ਧਾਰ ਲੈਂਦਾ ਜਾ ਕੇ। ਕਬੀਰ ਸਾਹਿਬ ਨੇ ਦੱਸਿਆ ਜਿਸ ਮਰਨੇ ਤੇ ਜੱਗ ਡਰੇ, ਸਾਰੇ ਹੀ ਡਰਦੇ ਆ ਨਾ ਆਪਾਂ, ਤਾਂ ਹੀ ਉਸਨੇ ਦੱਸਿਆ ਨਾ, ਜਿਸ ਮਰਨੇ ਤੇ ਜੱਗ, ਬਈ ਸਾਰਾ ਹੀ ਸੰਸਾਰ ਡਰਦਾ। ਬੜੇ ਬੜੇ ਸੂਰਮੇ ਰਾਠ ਦਸ ਦਿਨ ਜਿਹੜੇ ਜੰਗ ਦੇ ਵਿੱਚ ਪੈਰ ਪਿੱਛੇ ਨਹੀਂ ਨਾ ਹਟਾਉਂਦੇ ਹਨ, ਉਹਨਾਂ ਨੂੰ ਇਹ ਹੁੰਦਾ ਵੀ ਮੈਂ ਮਰਨਾ ਨਹੀਂ, ਮਾਰੂੰਗਾ ਹੀ। ਜੇ ਉਹਨੂੰ ਪਤਾ ਲੱਗ ਜਾਵੇ ਵੀ ਮੇਰੀ ਵੀ ਮੌਤ ਆ ਗਈ, ਕੰਮਣ ਲੱਗ ਜੂ, ਜਦੇ ਕਿਧਰੇ ਰਾਠ ਹੋਣਾ ਜਾਊ, ਮੌਤ ਦਾ ਇਤਨਾ ਡਰ ਹੈ ਸਾਸ। ਜਾਂ ਕਬੀਰ ਸਾਹਿਬ ਜੀ ਮੌਤ ਤੋਂ ਅੱਗੇ ਲਾ ਕੇ, ਜਿਸ ਮਰਨੇ ਤੇ ਜੱਗ ਡਰੈ, ਮੇਰੇ ਮਨ ਆਨੰਦ। ਉਹ ਕਹਿੰਦਾ ਮੈਨੂੰ ਤਾਂ ਚਾਅ ਹੈ ਮਰਨ ਦਾ, ਆਪਾਂ ਡਰਦੇ ਹਾਂ, ਆਪਣਾ ਹੀ ਭਾਈ ਕਹਿੰਦਾ ਮੈਨੂੰ ਚਾਅ ਹੈ। ਉਹਦੇ ਚ ਕੋਈ ਵਿਲੱਖਣ ਵਸਤੂ ਹੀ ਹੋਵੇਗੀ। ਜਿਸ ਮਰਨੇ ਤੇ ਜੱਗ ਡਰਾ, ਮੇਰੇ ਮਨ ਆਨੰਦ। ਕਹਿੰਦਾ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਪਰੀ ਪੂਰਨ ਜੋ ਪਰਮੇਸ਼ਰ ਹੈ ਸਾਰੇ,
ਉਹ ਦੇਹ ਰੂਪੀ ਉਪਾਧੀ ਲਾਹੀ ਤੋਂ ਬਾਅਦ ਹੀ ਉਹ ਅਵਸਥਾ ਪ੍ਰਗਟ ਹੋਵੇਗੀ। ਹੁਣ ਆਪਾਂ ਤਾਂ ਉਰੇ ਹੀ ਹਾਂ, ਆਪਾਂ ਤਾਂ ਉਰੇ ਆਲੇ ਆ ਕਰਦੇ ਹਾਂ ਆਪਾਂ ਵੀ, ਆਪਾਂ ਨੂੰ ਵੀ ਉਹ ਵਸਤੂ ਪ੍ਰਾਪਤ ਹੋ ਜਾਵੇ। ਜਿਹਨਾਂ ਨੇ ਹੋਈ ਹੈ ਉਹਨਾਂ ਨੇ ਫਿਰ ਜ਼ਾਹਰ ਕਰੀ ਆ ਗੁਰੂ ਸਾਹਿਬ ਨੇ ਵੀ ਇਹਨੂੰ ਸੀ ਕਬੀਰ ਸਾਹਿਬ ਜੀ। ਇਉਂ ਜਿਹੜਾ ਮਰਨ ਜੰਮਣ ਤੇ ਡਰਦਾ ਉਹ ਫਿਰ ਮਹਾਂਪੁਰਸ਼ਾਂ ਦੀ ਉਹ ਅੱਗੇ ਲਿਖਾ ਦੇਣਗੇ। ਕਾਹਦੇ ਆਸਰੇ? ਨਾਮ ਦੇ ਆਸਰੇ। ਉਹ ਆਪ ਹੀ ਨਾਮ ਦੇ ਆਸਰੇ ਅੱਗੇ ਲਿਖੇ ਹੋਏ ਨੇ, ਉਸੇ ਤਰ੍ਹਾਂ ਉਸ ਨੂੰ ਲਿਖਾ ਦੇਣਗੇ। ਗੱਲ ਇਉਂ ਦੱਸਿਆ ਵੀ ਮਹਾਂਪੁਰਸ਼ਾਂ ਦੀ ਸੰਗਤ ਤੇ ਚਾਰੇ ਪਦਾਰਥ ਮਿਲਦੇ ਨੇ। ਉਹ ਨਾਮਦੇਵ ਜੀ ਵਿਚਾਰਾ ਗਰੀਬ, ਪਰਮੇਸ਼ਰ ਦੀ ਬੰਦਗੀ ਕਰਕੇ ਦੱਸਦੇ ਨੇ ਵੀ ਨਿਰਗੁਣ ਵਾਹਿਗੁਰੂ ਹਨ ਜਿਹੜਾ, ਜਿਹਦਾ ਕੋਈ ਸਰੂਪ ਨਹੀਂ ਹੈ। ਜੇ ਚਾਹੇ ਉਹ ਸਰੂਪ ਵੀ ਧਾਰ ਲੈਂਦਾ ਤਾਂ ਕਹਿੰਦੇ ਉਸਨੇ ਸਰਗੁਣ ਸਰੂਪ ਧਾਰ ਕੇ ਨਾ ਨਾਮਦੇਵ ਜੀ ਨੂੰ 72 ਦਫਾ ਦਰਸ਼ਨ ਦਿੱਤੇ। 72 ਦਫਾ ਆਪਾਂ ਨੂੰ ਕੇਰਾਮ ਨਹੀਂ ਹੋਏ। ਜੇ ਆਪਣੀ ਭਾਵਨਾ ਗੁਰੂ ਭਾਵਨਾ ਤਾਂ ਆਪਾਂ ਰੋਜ਼ ਹੀ ਦਰਸ਼ਨ ਕਰਦੇ ਹਾਂ, ਫਿਰ ਤਾਂ ਆਪਾਂ ਰੋਜ਼ ਹੀ ਕਰਦੇ ਹਾਂ ਕਿ ਗੁਰੂ ਪ੍ਰਕਾਸ਼ ਹੈ ਨਾ ਸਾਹਮਣੇ। ਜੇ ਨਹੀਂ ਭਾਵਨਾ ਤਾਂ ਨਹੀਂ, ਚਾਹੇ ਗੁਰੂ ਕੋਲ ਹੈ ਚਾਹੇ ਕੋਲ ਹੈ ਗੁਰੂ। ਇਹ ਉਹ 72 ਦਫਾ ਕਹਿੰਦੇ ਦਰਸ਼ਨ ਦਿੱਤੇ। ਫਿਰ ਉਹ ਗਰੀਬ ਦੀ ਕਿਸੇ ਨੇ ਛਪਰੀ ਨੂੰ ਅੱਗ ਲਾ ਦਿੱਤੀ। ਗੁਰੂ ਵਿਰੋਧੀ ਸਾਰਿਆਂ ਦੇ ਹੁੰਦੇ ਨੇ ਦੁਨੀਆਂ ਦੇ ਵਿੱਚ। ਇਹ ਜਿਹੜਾ ਬੋਲਪਣਾ ਜਾਂ ਨਾ ਮਾਇਆ ਜਿਹੜੀ, ਇਹ ਦਿਮਾਗ ਖਰਾਬ ਕਰ ਦਿੰਦੀ ਆ ਗੁਰੂ। ਉਹ ਜਿਹੜੇ ਮਹਾਂਪੁਰਸ਼ ਹੁੰਦੇ ਨੇ ਜਿੱਥੇ ਆਣ ਉੱਥੇ ਹੀ ਰਹਿੰਦੇ ਹੁੰਦੇ ਨੇ ਵੀ ਚਲੋ ਜਿੱਥੇ ਆਂਗੇ ਹੁਣ ਇਵੇਂ ਹੀ ਰਹਿਣਾ। ਤਾਕਤ ਉਹਨਾਂ ਦੇ ਵਿੱਚ ਬਹੁਤ ਹੁੰਦੀ, ਹਰ ਇੱਕ ਦੇ ਵਿਰੋਧੀ ਨੇ ਗੁਰੂ ਕੋ ਮਗਰ ਪੈ ਜਾਂਦੀ ਆ ਦੁਨੀਆਂ ਵੀ ਇਹਦਾ ਉਪਮਾ ਕਿਉਂ ਹੋਈ। ਉਪਮਾ ਤਾਂ ਨਾਮ ਦੀ ਆ, ਤੂੰ ਜਪਦਾ। ਹੁਣ ਆਹ ਦੇਖੋ ਦਰਿਆ ਵੀ ਜਿਹੜੇ ਵਿਹਾਰ ਨੇ, ਜੇ ਕਿਸੇ ਪ੍ਰੇਮੀ ਨੇ ਆਪਣਾ ਦਿਨ ਰਾਤ ਝਾਕ ਕੇ 4-5 ਟਰੱਕ ਕਰ ਲਏ ਤਾਂ ਜਿਹੜੇ ਗੁਆਂਢੀ ਕਹਿੰਦੇ ਨੇ ਕਦ ਜਲ ਜਾਣ, ਇਹ ਕਿਉਂ ਰੋਟੀ ਖਾਣ ਲੱਗ ਗਿਆ। ਇਹਨੂੰ ਕਹਿੰਦੇ ਨੇ ਈਰਖਾ। ਆਪ ਤਾਂ ਨੀ ਕਰਨਾ, ਦੂਏ ਦਾ ਨਾਸ ਕਰਨ ਨੂੰ ਅਸੀਂ ਤਿਆਰ ਰਹਿੰਦੇ, ਆਪ ਤਾਂ ਹਿੰਮਤ ਕਰਦੇ ਨੀ ਆ। ਕਹਿੰਦੇ ਇਹਦਾ ਜ਼ਰੂਰ ਕਿਵੇਂ ਨਾ ਕਿਵੇਂ ਭੰਨੋ ਇਹਦੇ ਟਰੱਕ ਨੇ ਜਿਹੜੇ। ਦੱਸੋ ਸਾਧ ਸੰਗਤ ਦਾ ਬਹੁਤ ਕੁੱਕਰ ਸੁੱਕਰ ਬਿਰਤੀ ਹੈ, ਉਹ ਤੂੰ ਬਿਰਤੀ ਬਣਾ ਦੂਈ ਜਿੱਥੇ ਤੈਨੂੰ ਸੁੱਖ ਪ੍ਰਾਪਤ ਹੋਵੇ। ਸਾਡੀ ਤਾਂ ਉਹ ਗੱਲ ਹੈ, ਬਾਂਦਰ ਬੈਠਾ ਸੀ, ਇੱਕ ਬਾਂਦਰ ਗੜੇ ਪੈਂਦੇ ਸੀ, ਮੀਂਹ ਪੈਂਦਾ ਹੀ ਹੁੰਦਾ, ਉਹਦਾ ਸਰੀਰ ਆ ਆਦਮੀ ਵਰਗਾ ਜਿਹੜਾ ਬਾਂਦਰ। ਇੱਕ ਬਈਆ ਸੀ, ਬਈਆ ਪਿੰਡਾਂ ਚ ਆਪਣੇ ਅੱਖਾਂ ਦੇ ਵਿੱਚ ਉਹ ਲੜਕਦੇ ਨੇ, ਬਈਆਂ ਦੇ ਆ ਰਹੇ ਉਹ ਪਾੜ ਕੇ ਨਾ ਉਹ ਪੱਤੀ ਜੀ ਨੂੰ ਆਪਣਾ ਦੇ ਕੈਸਾ ਪੁਣਦੇ ਨੇ, ਉਹ ਚੁੰਝਣਾ ਹੀ ਪੁਣਦੇ ਨੇ, ਉਹ ਦੇਖ ਲਓ ਪਰਮੇਸ਼ਰ ਦਾ ਐਸਾ। ਉਹ ਫਿਰ ਵਿੱਚੋਂ ਆਉਂਦਾ ਉਹਦੇ, ਉਹ ਵੀ ਦੋ ਕਿਸਮ ਦੇ ਹੁੰਦੇ ਨੇ, ਬੱਚੇ ਆਂਡੇ ਦੇਣ ਵਾਲਾ ਹੋਰ ਹੁੰਦਾ, ਜਿਹੜਾ ਉਹਦਾ ਝੂਲਣ ਦਾ ਹੁੰਦਾ ਉਹ ਹੋਰ ਹੁੰਦਾ। ਹੁਣ ਉਹ ਬਈਆ ਵਿੱਚ ਬੈਠਾ, ਮੀਂਹ ਪੈਂਦਾ, ਹਵਾ ਨਾਲ ਉਹ ਹਲੂਣੇ ਖਾਂਦਾ, ਉਹ ਬਾਂਦਰ ਬੈਠਾ ਜੜਾਂ ਚੋਣ ਦਰਖਤੀਆਂ ਚ, ਕਦੇ ਇੱਧਰ ਹੱਥ ਮਾਰਦਾ ਜਿੱਧਰ ਗੜਾ ਲੱਗਦਾ, ਕਦੇ ਸਿਰ ਚ ਹੱਥ ਮਾਰਦਾ। ਉਹ ਜਿਹੜਾ ਬਈਆ ਸੀ ਕਹਿਣ ਲੱਗਾ ਵੀ ਗੁਰਮੁਖਾ ਤੇਰਾ ਸਰੀਰ ਤਾਂ ਆਦਮੀਆਂ ਵਰਗਾ ਲੱਗਦਾ, ਤੂੰ ਠੁਰ ਠੁਰ ਕਰਦਾ, ਗਲਿਆਂ ਨਾਲ ਤੇਰਾ ਟੁਗਾ ਫੁੱਟਦਾ, ਤੂੰ ਕੋਈ ਘਰ ਬਣਾ ਲਾ, ਘਰ ਬਣਾ ਲਾ, ਸੁੱਖ ਦੇ ਦਿਨ ਕੱਟ। ਕਹਿੰਦਾ ਅੱਛਾ,
ਦੱਸਾਂਗਾ ਜਾਂ ਤੈਨੂੰ ਪਤਾ ਸਾਧ ਸੰਗਤ ਕਰਨਾ ਨੀ ਦੂਏ ਦਾ ਟਾਉਣ ਉਗਲਾ ਤਿਆਰ ਰਹਿੰਦਾ। ਦੇਖੋ ਬਾਂਦਰ ਦਾ ਸਵਾਦ ਦਰਖਤ ਤੇ ਛਾਲ ਮਾਰ ਕੇ ਚੜ ਜਾਂਦਾ ਹੁੰਦਾ, ਜਿਉਂ ਮਾਰੀ ਛਾਲ ਉਹਦਾ ਵਿਚਾਰੇ ਗਰੀਬ ਦਾ ਆਲਣਾ ਤੋੜ ਕੇ ਪਰਾਂ ਮਾਰਿਆ, ਉਹ ਵੀ ਵਿਚਾਰਾ ਫਿਰ ਠੁੱਟ ਠੁੱਟ ਕਰਦਾ। ਸਾਡਾ ਤਾਂ ਇਹ ਸੁਭਾਵ ਹੈ ਗੁਰਮੁਖ, ਸਵਾ ਦੂਏ ਦੇ ਗੁਣਾਂ ਨੂੰ ਦੇਖ ਕੇ ਆਪ ਗੁਣ ਪੈਦਾ ਕਰਨੇ ਚਾਹੀਦੇ ਨੇ ਵੀ ਇਹਦੇ 'ਚ ਕਿਵੇਂ ਹੋ ਗਏ ਤੇ ਮੈਂ ਵੀ ਕਰਾਂ, ਮੈਂ ਵੀ ਇਹੋ ਜਿਹੇ ਹੋ ਜੂੰਗਾ। ਫਿਰ ਇਹ ਸਾਧ ਸੰਗਤ ਉਹ ਦੱਸਿਆ ਵੀ ਸਾਰ ਜਿਹੜਾ ਚਾਹੇ ਪਰਮੇਸ਼ਰ ਉਹਦੇ ਨਾਲ ਵੀ ਦੁਨੀਆਂ ਈਰਖਾ ਕਰਦੀ ਰਹਿੰਦੀ ਹੈ। ਉਹ ਨਾਮਦੇਵ ਗਰੀਬ ਵਿਚਾਰੇ ਦੀ ਛਪਰੀ ਢਾਹਤੀ ਸਾਧ ਸੰਗਤ, ਫੂਕਤੀ ਕਹਿ ਲਓ, ਫੂਕੀ ਕਿਵੇਂ, ਈਰਖਾ ਕਰਕੇ ਫੂਕੀ ਊ ਤਾਂ ਨਹੀਂ। ਜੇ ਈਰਖਾ ਨਾ ਹੋਵੇ ਫਿਰ ਕੌਣ ਕਿਸੇ ਨੂੰ ਦੁੱਖ ਦਿੰਦਾ ਗੁਰੂ, ਤਾਂ ਹੀ ਇਹ ਸੁੱਖ ਨਹੀਂ ਨਾ ਪਾਉਂਦਾ ਜਿੰਨਾ ਚਿਰ ਈਰਖਾ ਤੋਂ ਉੱਚਾ ਨਹੀਂ ਹੁੰਦਾ। ਉੱਚਾ ਹੋਊਗਾ ਨਾਮ ਨਾ ਐਵੇਂ ਹੋਣਾ ਕੋਈ ਨਹੀਂ। ਜੇ ਕੋਈ ਕਹੇ ਮੈਂ ਗੱਲਾਂ ਨਾਲ ਈਰਖਾ ਛੱਡ ਦੂੰਗਾ, ਨਹੀਂ ਛੱਡੋਣੀ, ਉਹ ਨਾਮ ਦੇ ਵਿੱਚ ਸ਼ਕਤੀ ਆ, ਇਸ ਦੀ ਜਿਹੜੀ ਸੁਰਤ ਆ ਉਸਨੂੰ ਉੱਚੀ ਚੱਕ ਲਏਗਾ ਨਾਮ। ਇਹਨੂੰ ਸਰੀਰ ਨੂੰ ਭਾਸਣ ਲੱਗ ਜਾਵੇ ਬਾਈ ਸਰੀਰ ਤਾਂ ਹੋਰ ਆ ਮੈਂ ਹੋਰ ਹਾਂ, ਇੱਥੇ ਗੱਲ ਵਾਪਰੇਗੀ, ਸਰੀਰ 'ਚ ਨਹੀਂ ਵਾਪਰਨੀ। ਸਰੀਰ ਦਾ ਸੁਭਾਵ ਇਹਨੇ ਆਪਣੇ 'ਚ ਲਿਆ ਹੋਇਆ, ਨਾਮ ਨੇ ਲਹਿਰਾ ਕਰਨਾ ਇਸ, ਜਿਹੜਾ ਨਾਮ ਹੈ ਉਸਨੇ ਦੀ ਸੁਰਤ ਨੂੰ ਸਰੀਰ ਤੋਂ ਲਹਿਰਾ ਕਰਨਾ, ਫਿਰ ਇਹ ਸਰੀਰ ਦੇ ਜੋ ਸਾਰੇ ਨੇ ਫਿਰ ਅਨੁਭਵ ਕਰੇਗਾ ਵੀ ਮੈਂ ਤਾਂ ਐਵੇਂ ਈਰਖਾ ਕਰੀ ਗਿਆ, ਇਹਦੇ ਤਾਂ ਕੁਛ ਨਹੀਂ ਹੈ। ਇਹ ਉਹ ਸਾਧ ਸੰਗ ਛਬਰੀ ਫੂਕਤੀ ਵਿਚਾਰੇ ਦੀ, ਉਹ ਬਹੁਤ ਦੁਨੀਆਂ ਈਰਖਾ ਕਰਦੀ ਹੁੰਦੀ ਹੈ, ਪਰ ਜਿਹੜਾ ਮਹਾਂਪੁਰਸ਼ਾਂ ਦੇ ਨਾਲ ਖਹਿੰਦਾ ਨਾ ਜਾਂ ਈਰਖਾ ਆਦਿਕ ਕਰਦਾ ਉਹ ਕਹਿੰਦੇ ਸੁੱਖ ਨਹੀਂ ਪਾ ਸਕਦਾ। ਇਉਂ ਗੁਰੂ ਸਾਹਿਬ ਜੀ ਬਾਣੀ ਚ ਕਹਿੰਦੇ ਨੇ, ਪੜ੍ਹੋ ਪ੍ਰੇਮ ਦੇ ਨਾਲ, ਸੁਖ ਕਦੇ ਨਾ ਪਾਉਂਦੇ ਜੀਵ ਬੁੱਧ ਨਾਲ
ਬਾਬਾ ਕਰਮ ਸਿੰਘ ਮਹਾਰਾਜ ਜੀ ਉੱਥੇ ਸਾਧ ਸੰਗਤ ਜੀ ਤਪ ਕਰਦੇ ਨੇ, ਜਗ੍ਹਾ ਬਣੀ ਹੋਈ ਹੈ, ਬਹੁਤ ਪਠਾਣੀ ਇਲਾਕਾ, ਸੰਗਤਾਂ ਆਉਂਦੀਆਂ ਨੇ ਦਰਸ਼ਨ ਮੇਲੇ ਨੂੰ। ਇੱਕ ਪਠਾਣਾ ਦਾ ਪਿੰਡ ਹੈ ਕੋਈ ਲਵੇ, ਸੰਗਤਾਂ ਉੱਥੋਂ ਦੀ ਲੱਗਦੀਆਂ ਨੇ, ਇਹਨੂੰ ਸ਼ਰਾਰਤ ਕਦ ਫਿਰਦੀ ਹੈ, ਜਦ ਅੰਦਰ ਹੰਕਾਰ ਆਉਂਦਾ। ਸੰਗਤਾਂ ਦੇ ਮਗਰ ਕੁੱਤੇ ਲਾ ਦਿੰਦੇ ਨੇ, ਜਿਹੜੇ ਕੁੱਤੇ ਹੁੰਦੇ ਕਿ ਉਹ ਪਠਾਣੀ ਇਲਾਕਾ ਬਹੁਤ ਆ, ਪਠਾਣਾ ਦੀ ਹੈ ਨਾ ਉੱਥੇ। ਕਹਿਰ ਸੰਗਤ ਜੇ ਕੁੱਤਿਆਂ ਦੇ ਸੋਟੀ ਮਾਨ ਤਾਂ ਉਹ ਸੰਗਤ ਨੂੰ ਵੀ ਵੱਧ ਘੱਟ ਬੋਲੂ, ਜੇ ਉਹ ਕਹਿਣਾ ਇਸ ਤਾਂ ਬਾਬਿਆਂ ਦੇ ਡੇਰੇ ਨੂੰ ਜਾਣਾ ਤਾਂ ਸੰਤਾਂ ਨੂੰ ਵੀ ਵੱਧ ਘੱਟ ਬੋਲੂ, ਸ਼ਰਧਾ ਨੀ ਨਾ ਹੁੰਦੀ। ਸਾਰਿਓ ਕਰਦੇ ਰਹੇ ਬਾਬਿਆਂ ਕੋ ਅਰਜ ਕਰੀ, ਕਹਿੰਦੇ ਮਹਾਰਾਜ ਜੀ ਉਹ ਪਠਾਣਾ ਦਾ ਪਿੰਡ ਹੈ, ਜਦ ਅਸੀਂ ਆਉਂਦੇ ਹਾਂ ਤਾਂ ਫਿਰ ਉਹ ਕੁੱਤੇ ਰਾਂਦੇ ਨੇ ਸਾਡੇ ਮਗਰ। ਬਾਬੇ ਕਹਿਣਗੇ ਅੱਛਾ ਕੁੱਤੇ ਲਾਉਂਦੇ ਨੇ, ਕਹਿੰਦੇ ਹਾਂ ਜੀ, ਲੀੜੇ ਵੀ ਪਾੜ ਦਿੰਦੇ ਨੇ ਸਾਡੇ, ਜੇ ਸੋਟੀ ਮਾਰਦੇ ਸਾਡੇ ਨਾਲ ਫਿਰ ਅਸੀਂ ਉਹਨਾਂ ਨਾਲ ਲੜ ਵੀ ਨਹੀਂ ਸਕਦੇ। ਮਹਾਰਾਜ ਕਹਿਣਗੇ ਚੰਗਾ ਇਉਂ ਕਰੋ, ਆ ਮਠਿਆਈ ਦੇ ਲਿਫਾਫੇ ਲੈ ਜਾਓ। ਮਠਿਆਈ ਦਾ ਉੱਥੇ ਘਾਟਾ ਹੀ ਕੋਈ ਨਹੀਂ ਸੀ ਹੁੰਦਾ, ਜਾਓ ਉਹਨਾਂ ਨੂੰ ਦੇ ਦਿਓ ਮਠਿਆਈ ਦੇ ਲਿਫਾਫੇ। ਬਈ ਜੇ ਤਾਂ ਕੁੱਤੇ ਲਾਉਣੋਂ ਹਟ ਜਾਓਗੇ, ਉਹਨਾਂ ਨੂੰ ਕਹਿ ਦਿਓ ਤਾਂ ਇਹ ਮਠਿਆਈ ਅੰਮ੍ਰਿਤ ਹੈ, ਜੇ ਕੁੱਤੇ ਲਾਵੋਗੇ ਤਾਂ ਫਿਰ ਇਹ ਵਿਉਹ ਹੈ, ਇਉਂ ਕਹਿ ਦਿਓ ਉਹਨੂੰ। ਲਿਫਾਫੇ ਮਠਿਆਈ ਦੇ ਲੈ ਗਏ, ਪਰ ਜਿਹੜਾ ਹੰਕਾਰੀ ਹੁੰਦਾ ਗੁਰਮੁਖੋ ਉਸ ਨੂੰ ਇਹ ਗੱਲ ਨਹੀਂ ਵਾਪਰਦੀ ਹੁੰਦੀ ਕਿ ਉਹ ਵਿਚਾਰ ਤੋਂ ਸੂਨ ਹੁੰਦਾ, ਉਹ ਵਿਚਾਰ ਤਾਂ ਹੁੰਦੀ ਨਹੀਂ ਨਾ ਹੈ ਉਸ ਨੂੰ। ਜਿਸ ਤਰ੍ਹਾਂ ਮੱਖਣ ਸ਼ਾਹ ਨੇ ਲਵਾਣੇ ਨੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਗਟ ਕਰਤਾ ਸਾਧ ਸੰਗਤ, ਹਾਲਾਂਕਿ ਮਹਾਰਾਜ ਜੀ ਪ੍ਰਗਟ ਹੋਣਾ ਚਾਹੁੰਦੇ ਨਹੀਂ ਸੀ। ਕਿਉਂ ਨਹੀਂ ਸੀ ਚਾਹੁੰਦੇ? ਸਾਧ ਸੰਗਤ ਉਹਨਾਂ ਦੇ ਅੰਦਰ ਕੋਈ ਵਾਸਤਾ ਸੀ, ਉਹਨਾਂ ਦੇ ਅੰਦਰ ਕੋਈ ਰਸ ਤੀ ਰਸ, ਅਸੀਂ ਭੱਜੇ ਫਿਰਦੇ ਹਾਂ ਬਈ ਮਾੜਾ ਮੋਟਾ ਸਾਨੂੰ ਦੁਨੀਆਂ ਮੱਥਾ ਹੀ ਟੇਕ ਦੇਵੇ, ਵਾਸਤਾ ਹੀ ਨਹੀਂ ਸਾਡੇ ਅੰਦਰ ਹੈ। ਜਿੱਥੇ ਵਾਸਤਾ ਆਜੂਗੀ ਉੱਥੇ ਸਾਧ ਸੰਗਤ ਦੀ ਫੁਰਨਾ ਹੀ ਨਹੀਂ, ਬਸ ਉੱਥੇ ਫੁਰਨਾ ਨਹੀਂ ਹੈ, ਬਸ ਉਹੀ ਬੇਪਰਵਾਹੀ ਹੈ। ਖੈਰ ਜਦ ਮਹਾਰਾਜ ਜੀ ਨੂੰ ਤਖ਼ਤ ਤੇ ਬਹਾਲ ਦਿੱਤਾ ਤਾਂ ਉਹ ਜਿਹੜੇ ਦੂਏ ਧੀਰ ਖਾਲੂ ਸੀਤਾ ਮਹਾਰਾਜ ਦੀ ਬੰਸੀ ਸਾਰੇ ਧੀਰ ਮੱਲ ਸੀ, ਬੜਾ ਜਿਹਦੇ ਕੋਲ ਮਹਾਰਾਜ ਵੀ ਸੀਗਾ। ਖੈਰ ਉਹਦੇ ਮਸੰਦ ਸੀ ਰੱਖੇ ਹੋਏ, ਮੂਹਰੇ ਸੀਆਂ ਮਸੰਦ, ਹੋਰ ਬਹੁਤ ਕੁਛ ਹੁੰਦਾ। ਉਹਨਾਂ ਨੇ ਕਿਹਾ ਵੀ ਇਹ ਭੋਰੇ ਦੇ ਵਿੱਚ ਰਹਿੰਦਾ ਸੀ, ਇਹਨੂੰ ਤਾਂ ਗੱਲ ਕਰਨ ਦਾ ਵੀ ਪਤਾ ਨਹੀਂ ਹੈ, ਬਹੁਤ ਵੱਡ ਘੱਟ ਵੀ ਬੋਲੇ, ਮੈਂ ਤਾਂ ਇਹੋ ਗੱਲਾਂ ਕਹਿਣਾ। ਇਹੋ ਮਹਾਰਾਜ ਜੀ ਨੂੰ ਉਹਨਾਂ ਨੇ ਕਹੀਆਂ ਕਰੂੰਗਾ। ਖੈਰ ਜਦੋਂ ਪ੍ਰਗਟ ਹੋਣ ਤੋਂ ਫਿਰ ਸੰਗਤਾਂ ਨੇ ਫਿਰ
ਸਾਸਾਂ ਦੇ ਮਾਰ ਦੇ ਮਾਰ ਲਾਤੇ ਸਾਸ। ਮਾਰ ਕਾਹਦੇ ਲੱਗੇ, ਕਿਉਂ ਲੱਗੇ ਮਾਰ? ਆ ਕੇ ਅਵਸਥਾ ਨੂੰ ਲੱਗੇ ਸਾਸ, ਅਵਸਥਾ ਨੂੰ ਮਾਰ ਲੱਗੇ ਆ ਕੇ। ਮੱਖਣ ਸਲਮਾਨ ਚਲਿਆ ਗਿਆ। ਹੁਣ ਉਹ ਜਿਹੜਾ ਤੀਰ ਮੱਲ ਸੀ, ਉਹ ਜਿਹੜੇ ਉਸਦੇ ਬੰਦੇ ਸਨ ਮੂਲੇ ਮਸੰਦ, ਉਹ ਕਹਿਣ ਲੱਗੇ ਗੁਰੂ ਬਣ ਕੇ ਬੈਠ ਗਿਆ, ਕੱਲ ਨੂੰ ਹੋਰ ਬੈਠ ਜਾਣਗੇ ਬਣ ਕੇ ਗੁਰੂ। ਕਹਿੰਦੇ ਹੁਣੇ ਹਟਾ ਦੀਏ ਇਹਨੂੰ, ਨਹੀਂ ਹੋਰ ਬਣੂਗਾ ਫਿਰ ਕੋਈ। ਇਉਂ ਸਾਧ ਸੰਗਤ ਲੈ ਕੇ ਬੰਦਿਆਂ ਨੂੰ ਉਹ ਨੌਵੇਂ ਪਾਤਸ਼ਾਹ ਮਹਾਰਾਜ ਸ਼ਾਂਤੀ ਦੇ ਪੁੰਜ, ਕੋਈ ਪਦਾਰਥਾਂ ਦਾ ਉਹਨਾਂ ਨੂੰ ਚਾਅ ਨੀ ਵੀ ਆ ਗਏ, ਨਾ ਨਾ, ਤਾਂ ਹੀ ਤਾਂ ਭੱਜੇ ਫਿਰਦੇ ਨੇ। ਮਗਰ ਜਿੱਥੇ ਫੁਰਨੇ ਸਾਹਿਤ ਮੰਗੂ ਪਦਾਰਥ ਨਹੀਂ ਆਉਣੇ, ਇਹ ਵੀ ਪਰਮੇਸ਼ਰ ਦੀ ਕਨੇਤ ਹੀ ਹੈ। ਜੇ ਤੂੰ ਪਦਾਰਥ ਚਾਹੁੰਦਾ ਨਿਸਫੁਰਨੇ ਹੋ ਜਾ, ਦੇਖ ਲਾ ਜੇ ਭੱਜੇ ਨਾ ਫਿਰਨ ਮਗਰ। ਜਿਹਨਾਂ ਦੇ ਮਗਰ ਭੱਜੇ ਫਿਰਦੇ ਉਹ ਨਿਸਫੁਰਨੇ ਹੋਏ ਹੋਏ ਨੇ, ਤਾਂ ਪਦਾਰਥ ਫਿਰਦੇ ਨੇ, ਨਹੀਂ ਨਹੀਂ ਫਿਰਦੇ। ਬਹੁਤ ਦੁਨੀਆਂ ਪਾਪੜ ਵੇਚਦੀ ਹੈ, ਤਾਂ ਹੀ ਈਰਖਾ ਕਰਨ ਲੱਗ ਜਾਂਦੇ ਵੀ ਇਹਨਾਂ ਨੂੰ ਦੁਨੀਆਂ ਕਿਉਂ ਮੰਨਦੀ ਹੈ। ਭਲਿਆ ਲੋਕਾਂ ਤੂੰ ਕਰ ਲੈ, ਇਹਨਾਂ ਦਾ ਸਿਮਰਨ ਕੀਤਾ, ਪਰਮੇਸ਼ਰ ਦੇ ਵਿੱਚ ਭੇਦ ਹੋਏ ਹੋਏ ਨੇ, ਨਾਮ ਦੀ ਤਾਕਤ ਹੈ ਇਹਨਾਂ ਦੇ ਅੰਦਰ, ਤੂੰ ਨਾਮ ਜਪ ਲਾ, ਤੇਰੀ ਵੀ ਤੈਨੂੰ ਆ ਜਾਣਗੇ ਵਿਦਾਲ। ਤੂੰ ਮੰਗਦਾ ਫਿਰਦਾ ਲੋਕਾਂ ਦੇ ਪਿੱਛੇ, ਨਹੀਂ ਆਉਣੇ ਨਹੀਂ। ਖਾਰ ਆ ਕੇ ਦੱਸਦੇ ਨੇ ਵੀ ਸਤਸੰਗ ਈਰਖਾ ਨੇ ਜਿਹੜੀ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਗੋਲੀ ਮਾਰੀ ਉਹਨਾਂ ਦੇ, ਕਾਹਦੀ ਖਾਤਰ? ਪਦਾਰਥਾਂ ਦੀ ਖਾਤਰ, ਪਦਾਰਥਾਂ ਦੀ ਖਾਤਰ ਮਾਰੀ। ਜੇ ਨਾ ਪਦਾਰਥ ਦੇ ਅੱਗੇ ਮਹਾਰਾਜ ਉੱਥੇ ਹੀ ਰਹਿੰਦੇ ਸੀ, ਅੱਗੇ ਨਾ ਮਾਰਤੀ। ਝਗੜਾ ਸਾਰਾ ਪਦਾਰਥਾਂ ਦਾ ਗੁਰਮੁਖ, ਜਿਹੜਾ ਗੁਰਮੁਖ ਸਿੱਖ ਪਦਾਰਥਾਂ ਤੋਂ ਉੱਚਾ ਹੋ ਗਿਆ ਨਾ, ਉਹਦੀ ਜਾਇਆ ਪਦਾਰਥਾਂ ਦੇ ਪਿੱਛੇ ਭੱਜੇ ਫਿਰਨੇ। ਆਓ ਦੇਖੋ, ਖੈਰ ਮੱਖਣ ਸ਼ਾਹ ਨੂੰ ਪਤਾ ਲੱਗਿਆ। ਮੱਖਣ ਸ਼ਾਹ ਨੂੰ ਮਹਾਰਾਜ ਕਹਿੰਦੇ ਵੀ ਤੈਨੂੰ ਅਸੀਂ ਕਿਹਾ ਤੇ ਵੀ ਨਾ, ਇਹ ਛੇੜ ਗੱਲ, ਨਾ ਛੇੜ, ਸਾਰਾ ਝਗੜਾ ਤਾਂ ਪਦਾਰਥਾਂ ਦਾ ਹੀ ਪੈਂਦਾ ਹੈ। ਖੈਰ ਮਹਾਰਾਜ ਜੀ ਨੇ ਉਸ ਨੂੰ ਕਿਹਾ ਵੀ ਇਉਂ ਦੱਸ, ਤੂੰ ਸਿੱਖ ਕਿਹਦਾ? ਕਹਿੰਦਾ ਸਿੱਖ ਮਹਾਰਾਜ ਜੀ ਮੈਂ ਤੁਹਾਡਾ। ਕਹਿੰਦੇ ਫਿਰ ਗੁਰੂ ਦਾ ਹੁਕਮ ਵੀ ਹੁੰਦਾ ਸਿੱਖ ਵਾਸਤੇ? ਕਹਿੰਦਾ ਹਾਂ ਜੀ ਹੁੰਦਾ, ਹੁੰਦਾ ਹੁਕਮ, ਖੁਦਾ ਹੀ ਹੁੰਦਾ ਹੁਕਮ। ਕਹਿੰਦੇ ਫਿਰ ਸਾਡਾ ਹੁਕਮ ਹੈ ਤੈਨੂੰ ਸਿੱਖਾ, ਜੇ ਤੂੰ ਸਾਡਾ ਸਿੱਖ ਹੈ, ਜਿੰਨੀ ਵਸਤੂ ਹੈ ਨਾ ਸਾਰੀ ਆ ਸਾਡੇ ਘਰ ਦੀ, ਵੀ ਕੋਈ ਉਹੀ ਨੀ ਜਿਹੜੀ ਚੜੀ ਹੈ ਕੱਲ ਨਹੀਂ, ਸਾਡੇ ਪਦਾਰਥ ਵੀ ਸਾਰੇ ਆਏ ਵੀ ਪਦਾਰਥ ਜਾ ਧੀਰ ਮੱਲ ਦੇ ਘਰ ਰੱਖਿਆ ਜਾ। ਦੇਖੋ ਨਿਰਿਛਤਾ ਗੁਰਮੁਖ ਆ ਜਾਏਗੀ ਕਿਸੇ ਦੇ ਵਿੱਚ, ਸਾਧਨ ਵੀ ਸਾਰੇ ਪਦਾਰਥ ਲਿਜਾ ਕੇ ਧੀਰ ਮੱਲ ਦੇ ਘਰ ਰੱਖ ਦਿੱਤੇ, ਪਰ ਉਦਾਸ ਹੈ ਮੱਕਣ ਸਾਹ ਚਲਿਆ ਗਿਆ। ਹੁਣ ਉਹ ਅਕਲ ਦੇ ਅੰਨੇ ਸਾਧ ਸੰਗਤ, ਅਕਲ ਦੇ ਅੰਨੇ, ਅਕਲ ਹੈ ਨੀ ਨਾ ਵਸਤਾ, ਕਿਉਂ? ਈਰਖਾ ਅੰਦਰ, ਮਨ ਦੇ ਵਿੱਚ ਦਵਾਇਤ ਆ, ਉੱਥੇ ਅਕਲ ਮਾਰੀ ਜਾਂਦੀ ਹੈ। ਹੁਣ ਕਹਿਣ ਲੱਗੇ, ਹੁਣ ਡਰਦੇ ਦੇ ਗਏ ਵੀ ਫੇਰ ਮਾਰਨਗੇ ਨਹੀਂ, ਲੈ ਦੇਖ ਲਓ। ਕਹਿੰਦੇ ਡਰਦੇ ਪਦਾਰਥ ਰੱਖ ਕੇ ਗਏ ਨੇ ਵੀ ਕੱਲ ਨੂੰ ਫੇਰ ਨਾ ਕਿਤੇ ਮਾਰਨ ਕੁੱਟਣ ਆ ਕੇ। ਦੇਖੋ ਵਸਤਾ ਦਾ ਫਰਕ। ਹੁਣ ਉਹ ਜਿਹੜੇ ਪਠਾਨ ਨੇ ਉਹ ਕਹਿੰਦੇ ਹੁਣ ਡਰਦਾ ਮਠਿਆਈਆਂ ਖਿਲਾਉਂਦਾ, ਦੇਖ ਲਓ। ਖੈਰ ਲੱਡੂ ਖਾ ਲਏ ਉਹਨਾਂ ਨੇ। ਜਦ ਫੇਰ ਜੋੜ ਮੇਲਾ ਆਇਆ, ਫੇਰ ਸੰਗਤਾਂ ਨੇ ਆਉਣਾ ਹੀ ਹੈ।
ਸੰਗਤਾਂ ਆਈਆਂ, ਕੁੱਤੇ ਫੇਰ ਲਾਤੇ ਮਗਰ, ਕੁੱਤੇ ਲਾਤੇ ਸਾਥ। ਸਾਧੂ ਦਾ ਵਚਨ ਸੀ ਵੀ ਜੇ ਫੇਰ ਕੁੱਤੇ ਲਾਉਣਗੇ ਨਾ ਉਹਨਾਂ ਨੂੰ ਕਹਿ ਦਿਓ, ਫਿਰ ਵਿਉਹ ਬਣ ਜੂਗੀ ਸਾਧ ਸੰਗਤ। ਸਾਧੂ ਦੇ ਵਚਨ ਨੂੰ ਕੌਣ ਮੋੜ ਸਕਦਾ? ਬੜੋ ਪ੍ਰੇਮ ਨਾਲ ਭਾਵੇਂ ਚੰਦਰਮਾ ਨਾਸ you
ਕਈ ਜੇਤਾ ਕੁੱਤੇ ਨਹੀਂ ਲਾਉਣਗੇ ਅੰਮ੍ਰਿਤ ਬਣ ਜਾਏਗਾ, ਜੇ ਕੁੱਤੇ ਲਾਉਣਗੇ ਨਾ ਫਿਰ ਉਹ ਪਿਓ ਬਣ ਜਾਏਗੀ। ਸੰਗਤ ਜਦ ਲਖਣ ਲੱਗੀ ਪਿੰਡ ਦੇ ਵਿੱਚ ਹੀ ਉਹਨਾਂ ਨੇ ਕੁੱਤੇ ਫੇਰ ਲਾਤੇ ਮਗਰ। ਕੁੱਤੇ ਲਾਉਣ ਤੋਂ ਮਠਿਆਈ ਖਾਧੀ ਨੂੰ ਤਾਂ ਸਾਲ ਹੋ ਗਿਆ, ਵਚਨ ਕੀਤੇ ਨੂੰ ਵੀ ਸਾਲ ਹੋਇਆ ਹੋਇਆ। ਕੋਈ ਸ਼ਰਤ ਰੱਖੀ ਹੋਈ ਸੀ ਸਾਧ ਸੰਗਤ, ਜਦ ਉਹਨਾਂ ਨੇ ਸ਼ਰਤ ਦੀ ਉਲੰਘਣਾ ਕਰ ਦਿੱਤੀ ਨਾ, ਫਿਰ ਉਹ ਵਚਨ ਲਾਗੂ ਹੋਣਾ ਸ਼ੁਰੂ ਹੋਇਆ। ਬਸ ਵਚਨ ਲਾਗੂ ਕੀ ਸਾਰਾ ਪਿੰਡ ਹੀ ਮਰ ਗਿਆ, ਬਸ ਲੜਾਈ ਹੋ ਗਿਆ। ਇੱਕ ਮਾਈ ਨੂੰ ਸੋਝੀ ਆਈ, ਉਸਦਾ ਇਕਲੌਤਾ ਹੀ ਪੁੱਤਰ ਸੀ। ਉਸਨੇ ਕਿਹਾ ਵੀ ਇਹ ਤਾਂ ਫਕੀਰ ਦੀ ਬਦਦੁਆ ਹੋਈ ਹੋਈ ਆ ਪਿੰਡ ਨੂੰ, ਵੀ ਇਹ ਤਾਂ ਹੋਤੀ ਵਰਦਾਨ ਵਾਲੇ ਬਾਬਿਆਂ ਨੇ ਉਹ ਕਿਹਾ ਸੀ, ਇਹਨਾਂ ਨੂੰ ਅਕਲ ਨੀ, ਉਹਨੂੰ ਖਬਰ ਨੀ ਜਿਸ ਤਰ੍ਹਾਂ ਕਿਸੇ ਨੇ ਬਚਣਾ ਹੁੰਦਾ। ਜੇ ਉਹਨੇ ਮੁੰਡਾ ਚੱਕਿਆ ਭੱਜੀ ਉਹ ਤਾਂ ਡੇਰੇ ਨੂੰ, ਬਾਬਾ ਜੀ ਕੁਰਸੀ ਤੇ ਬੈਠੇ ਸਨ, ਜਾ ਕੇ ਨਾਲੇ ਤਾਂ ਆਪ ਲੰਬੀ ਪੈ ਗਈ, ਨਾਲੇ ਮੁੰਡਾ ਚਰਨਾਂ ਦੇ ਵਿੱਚ ਛੱਡ ਦਿੱਤਾ। ਕਹਿਣ ਲੱਗੀ ਮਹਾਰਾਜ ਜੀ ਜੜਤਾ ਰੱਖ ਲਓ, ਬਾਕੀ ਦਾ ਗਿਆ ਸੌ ਕੁਛ। ਕਹਿੰਦੇ ਚੰਗਾ ਤੂੰ ਆ ਗਈ ਮਾਤਾ, ਹੁਣ ਨੀ ਤੇਰਾ ਨੀ ਮਰਦਾ। ਇਉਂ ਸਾਧ ਸੰਗਤ ਮਹਾਂਪੁਰਸ਼ਾਂ ਦੇ ਨਾਲ ਈਰਖਾ ਜਾਂ ਖਹਿਣ ਵਾਲਾ ਕਦੇ ਸੁਖੀ ਨੀ ਹੋ ਸਕਦਾ। ਗੁਰੂ ਆਓ ਆਪਣੇ ਮਹਾਰਾਜ ਜੀ ਜਦ ਤੋਂ ਸਕੂਲੋਂ ਦਸਵੀਂ ਜਮਾਤ ਦੇ ਵਿੱਚੋਂ ਪੜ੍ਹਦੇ ਹੋਏ ਰੇਰੂ ਸਾਹਿਬ ਸੰਤ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਚਲੇ ਗਏ, ਮੁੜ ਕੇ ਪਿੰਡ ਕੰਨੀ ਨੂੰ ਖਿਆਲ ਹੀ ਨੀ ਕਰਿਆ ਵੀ ਕਿੱਥੇ ਆ ਪਿੰਡ ਸਾਧ ਸੰਗਤ। ਇਤਨੀ ਕਾਰਨਾ ਕਰੀ ਗੁਰੂ ਖੋ, ਹੱਦ ਕਰਕੇ ਦਿਖਾ ਦਿੱਤੀ ਜਿਵੇਂ ਸਿੱਖ ਨੂੰ ਕਰਨੀ ਚਾਹੀਦੀ ਹੈ ਕਾਰਨ। ਖੈਰ ਫਿਰ ਇੱਥੇ ਆ ਗਏ ਟੱਕੀ ਦੇ ਵਿੱਚ, ਇੱਥੇ ਵੀ ਬਹੁਤ ਸਾਧਨਾ ਕਰਦੇ ਰਹੇ, ਸੰਗਤ ਤੋਂ ਵੀ ਬਹੁਤ ਸਾਧਨਾ ਕਰਾਉਂਦੇ ਰਹੇ। ਉਸ ਤੋਂ ਬਾਅਦ ਫਿਰ ਜੋ ਬਾਬਿਆਂ ਦਾ ਹੁਕਮ ਸੀ, ਮਸਤੂ ਵਾਲੇ ਸੰਤ ਮਹਾਰਾਜ ਦਾਰ ਜਦ ਮਹਾਰਾਜ ਜੀ ਉੱਥੇ ਦਮਦਮ ਦੇ ਗਏ ਨੇ, ਬਾਬੇ ਮਸਤੂ ਵਾਲਿਆਂ ਨੇ ਵੀ ਕਿਹਾ ਜੀ ਆ ਜਿਹੜਾ ਤੁਹਾਡਾ ਅਰਦੜੀ ਹੈ ਨਾ ਬੱਚਾ ਤੁਹਾਡੇ ਨਾਲ, ਇਸ ਨੇ ਕੀਰਤਨ ਦੁਆਰਾ ਦੁਨੀਆਂ ਦਾ ਬਹੁਤ ਭਲਾ ਕਰਨਾ। ਮਹਾਂਪੁਰਸ਼ਾਂ ਨੂੰ ਪਤਾ ਹੁੰਦਾ ਸੰਤ ਮਹਾਰਾਜ ਵੀ ਰੇਰੂ ਸਾਹਿਬ ਵਾਲੇ ਆਪਣੇ ਸੰਤ ਮਹਾਰਾਜ ਜੀ ਨੂੰ ਕਹਿੰਦੇ ਹੁੰਦੇ, ਤੂੰ ਅੱਖਾਂ ਨੀ ਖੋਲਦਾ, ਕੋਈ ਗ੍ਰੰਥ ਨੀ ਪੜ੍ਹਦਾ, ਤੈਨੂੰ ਤਾਂ ਦੁਨੀਆਂ ਦਾ ਭਲਾ ਕਰਾਉਣਾ, ਸੰਗਤਾਂ ਆਇਆ ਕਰਨਗੀਆਂ, ਫਿਰ ਤੂੰ ਕੀ ਸੁਣਾਇਆ ਕਰੇਗਾ ਸੰਗਤਾਂ ਨੂੰ, ਸਭ ਕੁਛ ਤਾਂ ਅੰਦਰ ਹੀ ਆ ਗੁਰਮੁਖੋ, ਲਿਆਉਣਾ ਕਿੱਥੋਂ ਹੈ। ਆ ਜਿਹੜਾ ਬਾਹਰ ਵੀ ਅੰਦਰੋਂ ਹੀ ਆਇਆ ਹੋਇਆ, ਇਹ ਬਾਹਰੋਂ ਨੀ ਕਿਤੋਂ ਆਇਆ ਹੋਇਆ, ਸਾਰੀ ਵਸਤੂ ਅੰਦਰੋਂ ਹੀ ਨਿਕਲੀ ਹੋਈ ਹੈ। ਮਹਾਰਾਜ ਜਮਾ ਹੀ ਨੀ ਸੀ ਖਿਆਲ ਕਰਦੇ, ਦੱਸਦੇ ਤੇਤੋਂ ਤਾਂ ਕੀਰਤਨ ਕਰਾ ਕੇ ਦੁਨੀਆਂ ਦਾ ਭਲਾ ਕਰਨਾ, ਜੋ ਉਹਨਾਂ ਦਾ ਹੁਕਮ ਸੀ। ਫਿਰ ਮਹਾਰਾਜ ਜੀ ਨੇ, ਮਹਾਰਾਜ ਜੀ ਆਪ ਬਾਜੇ ਨੂੰ ਹੱਥ ਨਹੀਂ ਸੀ ਲਾਉਂਦੇ, ਆਪ ਮਹਾਰਾਜ ਜੀ ਨੇ ਹੱਥ ਫੜ ਕੇ ਆਪਣੇ ਮਹਾਰਾਜ ਜੀ ਦਾ ਬਾਜੇ ਉੱਤੇ ਰੱਖ ਕੇ ਆਪ ਕਹਿੰਦੇ ਲੈ ਐ ਸ਼ਬਦ ਪੜਿਆ ਕਰ, ਦੇਖੋ ਨਿਰਛਤਾ ਕਿੰਨੀ ਹੈ। ਇਉਂ ਸਾਧ ਸੰਗਤ ਫਿਰ ਕੀਰਤਨ ਦੁਆਰਾ ਦੁਨੀਆਂ ਦਾ ਭਲਾ ਸ਼ੁਰੂ ਕੀਤਾ, ਸਾਧਨਾ ਬਹੁਤ ਕਰਾਉਂਦੇ ਸਨ, ਹੋਣੀ ਵੀ ਚਾਹੀਦੀ ਇਸੇ ਤਰ੍ਹਾਂ ਹੀ। ਘਰ ਕਈ ਪ੍ਰੇਮੀਆਂ ਨੇ ਕਿ ਉਹ ਬਾਹਰੋਂ ਪ੍ਰੇਮੀ ਆਉਣ ਲੱਗੇ, ਉਸ ਟਾਈਮ ਦੇ ਵਿੱਚ ਪਾਠ ਘੱਟੇ ਹੀ ਕੋਈ ਕਰਾਉਂਦਾ, ਸਾਲ ਬੁੱਧੀ
ਸਾਲਾਂ ਵੱਧੀ ਕੋਈ ਕਰਾਉਂਦਾ ਹੁੰਦਾ ਸੀ, ਨਹੀਂ ਪਾਠ ਘੱਟ ਹੁੰਦੇ ਸਨ। ਕਿਸੇ ਪ੍ਰੇਮੀ ਨੇ ਮਹਾਰਾਜ ਨੂੰ ਕਿਹਾ, ਸਾਡਾ ਮੋਹਨ ਸੀਗਾ, ਮਹਾਰਾਜ ਜੀ ਬੈਠਦੇ ਹੁੰਦੇ ਸੀ ਚੁਬਾਰੇ, ਸਾਰੇ ਮੋਰੀ ਉੱਥੇ ਚਲੇ ਜਾਂਦੇ ਹੁੰਦੇ ਸਨ, ਫਿਰ ਉਹ ਦੱਸਦੇ ਹੁੰਦੇ ਸੀ ਵੀ ਸਿੱਖ ਦੀ ਐ ਅਵਸਥਾ ਹੁੰਦੀ ਹੈ, ਸੁਰਤ ਇੱਥੇ ਚਲੀ ਜਾਵੇ, ਇਸ ਤਰ੍ਹਾਂ ਉੱਥੇ ਰੋਸ਼ਨੀ ਹੁੰਦੀ ਹੈ, ਇੱਥੇ ਸੁਰਤ ਚਲੀ ਜਾਵੇ ਅਨਾਦ ਸ਼ਬਦ ਸੁਣਨ ਲੱਗ ਜਾਂਦਾ, ਇਸ ਤਰ੍ਹਾਂ ਸੁਰੈਸ ਨਾੜੀ ਦੇ ਵਿੱਚ ਚਲੀ ਜਾਵੇ ਆਹ ਪਦਾਰਥ ਪੈਦਾ ਹੋ ਜਾਂਦਾ, ਇਹੋ ਦੱਸਿਆ ਕਰਦੇ ਹੁੰਦੇ ਸਨ ਵੀ ਕਿਸੇ ਕਿੱਦਾਂ, ਕਿਸੇ ਨੂੰ ਤਾਂ ਸਮਝ ਆਵੇਗੀ, ਆਵੇਗੀ ਸਾਧਨਾ ਦੁਆਰਾ, ਐਵੇਂ ਆਉਣੀ ਕੋਈ ਨੀ ਹੈ। ਲਿਖਿਆ ਤਾਂ ਦਰਬਾਰ ਦੇ ਵਿੱਚ ਵੀ ਸਭ ਕੁਛ ਹੈਗਾ, ਪਰ ਪਦਾਰਥ ਪ੍ਰਾਪਤ ਕਿਉਂ ਨੀ ਆਪਾਂ? ਇਹ ਉਹ ਸਾਧ ਸੰਗ ਕਿਸੇ ਪ੍ਰੇਮੀ ਨੇ ਕਿਹਾ, ਮਹਾਰਾਜ ਜੀ ਉਹ ਫਲਾਨੇ ਪ੍ਰੇਮੀ ਆਏ ਨੇ, ਉਹਨਾਂ ਦਾ ਕੁਛ ਉਹਦੇ ਨਾਲ ਸਹਿਚਾਰ ਸੀਗਾ, ਵੀ ਇਹ ਪਾਠ ਨੂੰ ਕਹਿੰਦੇ ਨੇ ਮਹਾਰਾਜ ਜੀ ਇਹਨਾਂ ਨੂੰ ਪਾਠ ਦੀ ਤਰੀਕ ਦੇ ਦਿਓ। ਮਹਾਰਾਜ ਕਹਿੰਦੇ ਪਾਠ ਤਾਂ ਹੋ ਜਾਊਗਾ, ਸਭ ਕੁਛ ਹੋ ਜਾਊਗਾ, ਪਰ ਆ ਸਮਾਂ ਨੀ ਤੁਹਾਨੂੰ ਫਿਰ ਮਿਲਣਾ ਸਾਧ ਸੰਗਤ। ਇਹ ਉਹ ਮਹਾਰਾਜ ਨੇ ਕਿਹਾ ਬੜੋ ਪ੍ਰੇਮ ਨਾਲ, ਉਹ ਸਮਾਂ ਨਾ ਫਿਰ ਮੁੜ ਕੇ ਮਿਲਿਆ। ਐਸਾ ਸਮਾਂ ਆਹ
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਸਤਿ ਸ਼੍ਰੀ ਅਕਾਲ।
Thank you.